ਕਈ ਬੰਦੇ ਜਲਦਬਾਜ਼ੀ ਵਿੱਚ ਨਾ ਡਿਸੀਜਨ ਲੈ ਲੈਂਦੇ ਆ ਕਾਲੀ ਦੇ ਜਿਹੜੇ ਡਿਸੀਜਨ ਨੇ ਆਪਾਂ ਕਹਿੰਨੇ ਨੇ ਪੰਜਾਬੀ ਜਿਹੜਾ ਇਹਨਾਂ ਵੀ ਕਾਲੀ ਅੱਗੇ ਟੋਏ ਟੋਏ ਇੱਕ ਤਾਂ ਬੰਦਾ ਇਹ ਜਾ ਡਿਸੀਜਨ ਲੈਂਦਾ ਜਦੋਂ ਉਹਨੂੰ ਹੁੰਦਾ ਵੀ ਮੇਰੀ ਮਰਜ਼ੀ ਪੁੱਛ ਬਣੇ ਮੇਰੇ ਆਲੇ ਵਾਲੇ ਨੇ ਜਿਹੜੇ ਉਹਨਾਂ 'ਚ ਮੈਂ ਵੀ ਸਿਗਨੀਫੀਕੈਂਟ ਹੋਵਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਆਪਾਂ ਲੱਗਦਾ ਵੀ ਯਾਰ ਮੈਨੂੰ ਤਾਂ ਕਿਸੇ ਨੇ ਕੰਸੀਡਰ ਹੀ ਨਹੀਂ ਕਰਨਾ ਕਈ ਬੰਦੇ ਕਹਿੰਦੇ ਅਸੀਂ ਵੀ ਗੱਟ ਫੀਲਿੰਗ ਦੇ ਨਾਲ ਜਾਂ ਅੰਦਰੋਂ ਆਵਾਜ਼ ਆਉਂਦੀ ਹੁੰਦੀ ਹੈ ਇੱਕ ਵਿੱਚ ਦੇਖ ਲਾਂਗੇ ਫੈਸਲਾ ਲੈ ਲੈਨੇ ਅੱਜ ਦੇਖ ਲਾਂਗੇ ਬਾਅਦ 'ਚ ਜਾਂ ਚੱਕ ਦਾਂ ਫੱਟੇ ਹੈ ਪਰ ਬਾਤوں ਵੀ ਰਿਜ਼ਲਟ ਦੇਖੀ ਨਹੀਂ ਜਾਂਦੇ ਫਿਰ ਪ੍ਰਾਈਮ ਐਗਜ਼ਾਮਪਲ ਆ ਜਾਂਦਾ ਵੀ ਕਿਸੇ ਦਾ ਜਵਾ ਕੈਨੇਡਾ ਗਿਆ ਆਪਾਂ ਕਹਿੰਦੇ ਦੇਖੀ ਜਾਊਗੀ ਆਪਣਾ ਨਮੀ ਚੜਾ ਦੋ ਫਿਰ ਉਹੋ ਜਿਹੇ ਬਾਬਿਆਂ ਨੂੰ ਆਪਾਂ ਫੋਨ ਲਾਉਨੇ ਆ ਜਿਹੜੇ ਕਹਿੰਦੇ ਨੇ ਅਸੀਂ ਤੁਹਾਡੇ ਰਿਸ਼ਤੇ ਵੀ ਠੀਕ ਕਰਾ ਦਾਂਗੇ ਤੁਹਾਡੇ ਦੁਸ਼ਮਣਾਂ ਦਾ ਵੀ ਤੁਹਾਡਾ ਇਲਾਜ ਕਰਾ ਦਾਂਗੇ ਪਤਾ ਨਹੀਂ ਕੀ ਕੀ ਕਰਾ ਦਾਂਗੇ ਫਿਰ ਆਪਾਂ ਉਹਨਾਂ ਕੋਲੇ ਭੱਜ ਜਾਂਦੇ ਆ ਜਿਹੜੇ 2-4 ਪੈਸੇ ਆਪਣੇ ਕੋਲੇ ਬਣੇ ਹੁੰਦੇ ਨੇ ਉਹ ਮਾਂਜ ਕੇ ਖਾ ਜਾਂਦੇ ਨੇ ਫਿਰ ਮੈਂਟਲ ਹੈਲਥ ਹੋਰ ਠੱਠੇ ਖੂਦ ਡਿਸੀਜਨ ਤਾਂ ਫਿਰ ਆਪਾਂ ਬਣਾਉਣੀ ਗਈ ਆ ਫਿਰ ਤਾਂ ਉਹੀ ਬਣਾਉਂਦੇ ਨੇ ਡਿਸੀਜਨ ਸਾਰੇ ਇਹ ਜਿਹੜਾ ਪਾਰਟ ਆ ਉਹ ਦੋ ਤਰ੍ਹਾਂ ਦਾ ਹੋ ਸਕਦਾ ਵੀ ਆਹ ਚੀਜ਼ ਮੈਂ ਕਿਉਂ ਕਰੀ ਜਾਂ ਆਹ ਚੀਜ਼ ਮੈਂ ਕਿਉਂ ਨਹੀਂ ਕਰੀ ਬਾਕੀ ਜੋ ਹੋਊਗੀ ਦੇਖੀ ਜਾਊਗੀ ਨਾ ਕਿ ਜੋ ਵੀ ਹੋਊ ਦੇਖਿਆ ਜਾਊ ਇਹ ਦੋ ਚੀਜ਼ਾਂ ਦਾ ਫਰਕ ਸਮਝਣ ਦੀ ਲੋੜ ਹੈ ਪ੍ਰੈਕਟੀਕਲ ਗੱਲਾਂ ਦੇ ਇੱਕ ਹੋਰ ਨਵੇਂ ਐਪੀਸੋਡ ਦੇ ਤੁਹਾਡਾ ਸਵਾਗਤ ਹੈ ਹਾਂਜੀ ਬਾਈ ਜੀ ਦੱਸੋ ਕਿਦਾਂ ਕੀ ਹਾਲ ਚਾਲ ਠੀਕ ਠਾਕ ਵੀਰੇ ਤੁਸੀਂ ਦੱਸੋ ਵਧੀਆ ਹੀ ਵਧੀਆ ਅ ਕੁਛ ਨਾ ਬਹੁਤ ਮਹੱਤਵਪੂਰਨ ਜਿਹੜੇ ਸੀਗੇ ਲੋਕਾਂ ਨੇ ਸਵਾਲ ਪੁੱਛੇ ਸੀ ਆਪਣੇ ਈਵੈਂਟ ਦੇ ਵਿੱਚ ਜਿਹੜੇ ਸਵਾਲ ਸੀਗੇ ਉਹ ਸੀਗੇ ਡਿਸੀਜਨ 메ਕਿੰਗ ਦੇ ਨਾਲ ਜਿਹੜੇ ਬੰਦੇ ਈਵੈਂਟ ਦੇ ਵਿੱਚ ਨਹੀਂ ਆ ਸਕੀ ਸੁਮਨ ਲੱਗਦਾ ਉਹਨਾਂ ਨੂੰ ਵੀ ਉਹ ਸੇਮ ਸਵਾਲ ਹੀ ਨਾਲ ਦਿਮਾਗ ਦੇ ਵਿੱਚ ਹੋਣਗੇ ਤੇ ਉਹਨਾਂ ਨੂੰ ਜਵਾਬ ਉਹ ਆਪਾਂ ਵੀਡੀਓ ਥਰੂ ਦੇਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਬਿਲਕੁਲ ਪਹਿਲਾ ਸਵਾਲ ਤਾਂ ਇਹ ਸੀਗਾ ਵੀ ਕਈ ਬੰਦੇ ਜਲਦਬਾਜ਼ੀ ਵਿੱਚ ਨਾ ਡਿਸੀਜਨ ਲੈ ਲੈਂਦੇ ਆ ਹੂੰ 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 ਤੇ ਫਿਰ ਉਹਨਾਂ ਨੂੰ ਕੌਨਸੀਕੁਐਂਸ ਜਿਹੜੇ ਰਿਜ਼ਲਟ ਆ ਉਹ ਡਿਸੀਜਨ ਦੇ ਉਹ ਨਹੀਂ ਪਤਾ ਹੁੰਦੇ ਪਹਿਲਾਂ ਉਹ ਦੀ ਸਿਚੁਏਸ਼ਨ ਇੰਨੀ ਬਿਜ਼ੀ ਹੋ ਜਾਂਦੀ ਹੈ ਪੈਸੇ ਦਾ ਹੋ ਗਿਆ ਜਾਂ ਘਰ-ਬਾਰ ਹੋ ਗਿਆ ਤਾਂ ਉਹ ਕਾਲੀ ਕਾਲੀ ਡਿਸੀਜਨ ਲੈ ਆ ਬੈਠਦੇ ਆ ਪਰ ਬਾਅਦ ਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਹੁਣ ਕੀ ਕਰੀਏ ਕਿ ਸੋ ਸਿਚੁਏਸ਼ਨ ਦਾ ਕਿਵੇਂ ਟੈਕਲ ਕੀਤਾ ਜਾ ਸਕਦਾ ਕਿਵੇਂ ਉਹਨੂੰ ਸਹੀ ਕੀਤਾ ਜਾ ਸਕਦਾ ਡਿਸੀਜਨ ਕੋਈ ਛਾਤੇ ਕਰ ਸਹੀ ਰਵੇ ਕਾਲੀ ਦੇ ਜਿਹੜੇ ਡਿਸੀਜਨ ਨੇ ਆਪਾਂ ਕਹਿੰਨੇ ਨੇ ਪੰਜਾਬੀ ਜਗਾਂ ਇਹ ਕਾਲੀ ਅੱਗੇ ਟੋਏ ਟੋਏ ਹਾਂਜੀ ਹਾਂਜੀ ਉਹ ਚੀਜ਼ ਤਾਂ ਰਹਿੰਦੀ ਹੈਗੀ ਕਾਲੀ ਦੇ ਵਿੱਚ ਜਿਹੜਾ ਡਿਸੀਜਨ ਉਹਦੇ ਵਿੱਚ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਨਹੀਂ ਹੁੰਦੀ ਜਿੰਨੀ ਤੁਹਾਨੂੰ ਚਾਹੀਦੀ ਆ ਤਾਨੂੰ ਇਹ ਵੀ ਨਹੀਂ ਪਤਾ ਹੁੰਦਾ ਉਸ ਟਾਈਮ ਤੁਸੀਂ ਇੰਨਾ ਵੀ ਦੇਖਉਂਦਾ ਵੀ ਕੀ ਇਹ ਸਹੀ ਟਾਈਮ ਹੈ ਡਿਸੀਜਨ ਲੈਣ ਦਾ ਮੰਨ ਲਓ ਵੀ ਘਾਰ ਹੀ ਲੈ ਰਹੇ ਹਾਂ ਹਾਂਜੀ ਕਾਲੀ ਕਾਲੀ ਚ ਵੀ ਇਹ ਲੈ ਲਿਆ ਘਰ ਲੈਣ ਦਾ ਜਾਂ ਕਾਲੀ ਕਾਲੀ ਚ ਜਿਹੜਾ ਸਭ ਤੋਂ ਕਾਮਨ ਡਿਸੀਜਨ ਕੈਨੇਡਾ ਚ ਲਿਆ ਜਾਂਦਾ ਕਾਲੀ ਕਾਲੀ ਚ ਹੁੰਦਾ ਗੱਡੀ ਲੈਣ ਦਾ ਲੋਨ ਤੇ ਹਾਂਜੀ ਹੈਨਾ ਉਸ ਟਾਈਮ ਤੇ ਆਪਾਂ ਉਹ ਪੂਰੀ ਪਿਕਚਰ ਦੇਖ ਕੇ ਪਲੇ ਨਹੀਂ ਕਰੀ ਹੁੰਦੀ ਜੇ ਆਪਾਂ 2 ਘੰਟੇ ਬਹਿ ਕੇ 1 ਦਿਨ 2 ਦਿਨ ਬਹਿ ਕੇ ਆਪਾਂ ਪਲੇ ਕਰੀਏ ਬਣਾ ਵੀ ਇਹਦਾ ਕਨਸੀਕੁਐਂਸ ਕੀ ਨਿਕਲਣਾ ਵੀ ਅੱਜ ਤੱਕ ਗੱਡੀ ਲੈ ਲਈ 22 ਵੀਕ ਲਈ ਇੰਨੇ ਕਸ਼ਟ ਆਉਂਦੀ ਆ ਜਾਂ ਮਹੀਨੇ ਦੀ ਇੰਨੇ ਆਉਂਦੀ ਆ ਜੋ ਵੀ ਪਰ ਭਾਈ ਇਹ 8 ਸਾਲ ਐਂਝ ਲੂ ਤੇ ਨਾਲ-ਨਾਲ ਹਰ ਇੱਕ ਸਾਲ ਗੱਡੀ ਦੀ ਕੀਮਤ ਵੀ ਘਟੀ ਜਾਊਗੀ ਤੇ ਜਿੱਦ ਨੂੰ ਮੈਂ 8 ਸਾਲਾਂ ਨੂੰ ਗੱਡੀ ਵੇਚਣੀ ਉਹ ਦਿਨ ਉਹਦੇ ਵਿੱਚ ਰਹਿ ਕੁਝ ਨਹੀਂ ਜਾਣਾ ਤੇ ਉਹ ਤੈਨੂੰ ਵੈਸੇ ਵੀ 8 ਸਾਲਾਂ ਨੂੰ ਬੰਦਾ ਵੈਸੇ ਬੋਰਾਂ ਦੇ 8 ਸਾਲ ਗੱਡੀ ਕਿਵੇਂ ਰੱਖੋਗੇ ਤੁਸੀਂ ਇੱਕ ਹੈਨਾ ਤਾਂ ਇਹਦੇ ਵਿੱਚ ਹੁੰਦਾ ਕਿ ਆ ਤੁਹਾਡੇ ਕੋਲੇ ਪੂਰੀ ਜਾਣਕਾਰੀ ਨਹੀਂ ਹੁੰਦੀ ਤੁਹਾਨੂੰ ਪੂਰਾ ਨਹੀਂ ਬਤਾਉਂਦਾ ਵੀ ਇਹੇ ਚੀਜ਼ ਲੌਂਗ ਟਰਮ ਦੇ ਵਿੱਚ ਮੈਨੂੰ ਕਿਵੇਂ ਇਫੈਕਟ ਕਰੋਗੀ ਵੀ 15 ਦਿਨ 10 ਦਿਨ ਨਾਲ ਜਿਹੜਾ ਡਿਸੀਜਨ ਆ ਉਹ ਪਛੇਤੀ ਲੈ ਲਈਏ ਕੋਈ ਚੱਕਰ ਨਹੀਂ ਹੁੰਦਾ ਪਰ ਜਿਹੜਾ ਵੱਡਾ ਡਿਸੀਜਨ ਆ ਜਦੋਂ ਆਪਾਂ ਉਹ ਕਾਰ ਚ ਲੈਣੇ ਆਂਗੇ ਉਦੋਂ ਫਿਰ ਦਿੱਕਤ ਆਉਂਦੀ ਹੈ ਕਿਉਂਕਿ ਦਿੱਕਤ ਉਹਦੇ ਵਿੱਚ ਡਿਸੀਜਨ ਦੇ ਵਿੱਚ ਤੁਹਾਡਾ ਦਿਮਾਗ ਵੀ ਲੱਗਿਆ ਹੋਣਾ ਚਾਹੀਦਾ ਲੌਜੀਕ ਵੀ ਹੋਣਾ ਚਾਹੀਦਾ ਰੀਜ਼ਨਿੰਗ ਵੀ ਹੋਣੀ ਚਾਹੀਦੀ ਹੈ ਹਾਂਜੀ ਉਏ ਚੱਕ ਚਾ ਕੇ ਪੰਪ ਚਾ ਕੇ ਜਾਂ ਫੀਲਿੰਗ ਚਾ ਕੇ ਜਾਂ ਪ੍ਰੈਸ਼ਰ ਹੇਠਾ ਕੇ ਡਿਸੀਜਨ ਨਹੀਂ ਲੈਣਾ ਚਾਹੀਦਾ ਉੱਥੇ ਫਿਰ ਕੰਮ ਖਰਾਬ ਹੁੰਦਾ ਗੱਡੀ ਵਾਲੇ ਐਗਜ਼ਾਮਪਲ ਦਾ ਇੱਕ ਹੈ ਰਿਸ਼ਤਿਆਂ ਦੇ ਵਿੱਚ ਵੀ ਇਹ ਚੀਜ਼ ਹੈ ਜਿਹੜੀ ਸੇਮ ਅਪਲਾਈ ਹੁੰਦੀ ਹੈ ਇੱਕ ਹੋਰ ਸਵਾਲ ਵੀ ਸੀਗਾ ਹਾਂ ਯੰਗ ਮੁੰਡੇ ਦੇ ਸੀਗਾ ਇਵੈਂਟ ਦੇ ਵਿੱਚ ਹੀ ਪੁੱਛਿਆ ਗਿਆ ਸੀਗਾ ਵੀ ਕਈ ਬੰਦੇ ਨਾ ਇੱਕ ਪ੍ਰੈਸ਼ਰ ਦੇ ਵਿੱਚ ਆ ਕੇ ਫੈਮਿਲੀ ਪ੍ਰੈਸ਼ਰ ਕਹਿ ਲੋ ਜਾਂ ਦੋਸਤਾਂ ਮਿੱਤਾਂ ਦਾ ਪ੍ਰੈਸ਼ਰ ਕਹਿ ਲੋ ਹਨਾ ਜਾਂ ਕੋਈ ਆਂਟੀ ਕੁਆਂਟੀ ਦਾ ਪ੍ਰੈਸ਼ਰ ਕਹਿ ਲੋ ਉਹਦੇ ਪ੍ਰੈਸ਼ਰ ਦੇ ਵਿੱਚ ਆ ਕੇ ਡਿਸੀਜਨ ਲੈਂਦੇ ਆ ਜਿਵੇਂ ਤੁਸੀਂ ਗੱਡੀ ਵਾਲੀ ਐਗਜ਼ਾਮਪਲ ਦਿੱਤੀ ਸੀਗੀ ਬਹੁਤ ਬੰਦੇ ਸਟੂਡੈਂਟ ਇੱਥੇ ਇਦਾਂ ਹੀ ਕਰਦੇ ਆ ਜੋ ਹੁੰਦੇ ਆ ਆਪਣਾ ਸਟੂਡੈਂਟ ਆਉਂਦੇ ਆ ਤੇ ਦੋ ਤਿੰਨ ਮਹੀਨਾ ਬਾਅਦ ਪ੍ਰੈਸ਼ਰ ਦੇ ਵਿੱਚ ਆ ਕੇ ਗੱਡੀ ਲੈ ਲੈਂਦੇ ਆ ਕੋਈ ਚਾਰਜਰ ਚੇਲੰਜਰ ਜਾਂ ਹੋਰ ਬਹੁਤ طرح ਦੀਆਂ ਗੱਡੀਆਂ ਹੋਣੀਆਂਗੇ ਵੀ ਇਹਨਾਂ ਉੱਪਰ ਕਰ ਲਾਂਗੇ ਜਾਂ ਉਹ ਕਰ ਲਾਂਗੇ ਜਾਂ ਗੇੜੀ ਲਾ ਲਾਂਗੇ ਕੀ ਸੁਣਨ ਲੱਗਦਾ ਵੀ ਉਹ ਸਹੀ ਚੀਜ਼ ਐ ਕਿ ਉਹਨੂੰ ਆਪਾਂ ਬਦਲਣਾ ਚਾਹੀਦਾ ਐ ਕੀ ਨਹੀਂ ਉਹ ਤਾਂ ਗਲਤੀ ਐ ਚੀਜ਼ ਦਾ ਉਹ ਤਾਂ ਚੀਜ਼ ਤਾਂ ਬਿਲਕੁਲ ਹੀ ਗਲਤ ਐ ਪਰ ਮੈਂ ਤੈਨੂੰ ਜਿਆਦਾ ਵੀ ਹੁੰਦਾ ਜਿਹਦਾ ਕਾਰਨ ਇਹਦੇ ਪਿੱਛੇ ਨਾ ਕੀ ਆ ਹਾਂਜੀ ਇੱਕ ਤਾਂ ਬੰਦਾ ਇਹ ਜਾ ਡਿਸੀਜਨ ਲੈਂਦਾ ਜਦੋਂ ਉਹਨੂੰ ਹੁੰਦਾ ਵੀ ਮੇਰੀ ਮੜੀ ਜੀ ਪੁੱਛ ਬਣੇ ਮੇਰੇ ਆੜਾ ਵਾਲੇ ਨੇ ਜਿਹੜੇ ਉਹਨਾਂ 'ਚ ਮੈਂ ਵੀ ਸਿਗਨੀਫੀਕੈਂਟ ਹੋਵਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਆਪਾਂ ਲੱਗਦਾ ਵੀ ਯਾਰ ਮੈਨੂੰ ਤਾਂ ਕਿਸੇ ਨੇ ਕੰਸੀਡਰ ਹੀ ਨਹੀਂ ਕਰਨਾ ਮੇਰੀ ਥੋੜੀ ਇਮੇਜ ਬਣੇ ਆਪਾਂ ਦੇਸੀ ਕਹਿੰਦੇ ਨੇ ਵੀ ਬੰਦੇ ਦੀ ਇਮੇਜ ਬਹੁਤ ਆ ਜਾਂ ਮੇਰੀ ਐਮੀਅਤ ਹੋਵੇ ਉਹ ਐਹਮੀਅਤ ਬਣਾਉਣ ਦੇ ਲਈ ਕਈ ਵਾਰੀ ਆਪਾਂ ਕੁਝ ਇਹੋ ਜਿਹੀਆਂ ਚੀਜ਼ਾਂ ਕਰਦੇ ਆਂ ਜਿਹੜੇ ਬਾਕੀ ਲੋਕ ਅੜਲੇ ਵਾਲੇ ਕਰ ਰਹੇ ਨੇ ਆਪਾਂ ਲਗਾ ਜੀ ਆਪਾਂ ਆਹ ਕਰੀਏ ਤਾਂ ਆਪਣੀ ਐਹਮੀਅਤ ਬਣ ਜਾਊਗੀ ਹੈ ਨਾ ਤਾਂ ਉਹ ਐਹਮੀਅਤ ਬਣਾਉਣ ਦੇ ਅੱਗੇ ਉਹਨੂੰ ਦੇਸੀ ਭਾਸ਼ਾ ਚੋਂ ਕਹਿੰਦੇ ਕੋਈ ਫੋਗਰ ਬਾਜ਼ੀ ਕਹਿੰਦੇ ਕੋਈ ਹਵਾ ਕਹਿੰਦੇ ਕੋਈ ਟੌਰ ਕਹਿੰਦੇ ਕੋਈ ਪੈਂਟ ਬਣਾਉਣ ਨੂੰ ਕਹਿੰਦੇ ਪਰ ਗੱਲ ਉਹੀ ਆ ਵੀ ਉਹ ਐਹਮੀਅਤ ਆਪਦੀ ਸਾਬਣਾ ਚਾਹੁੰਦੇ ਨੇ ਇਹ ਵੀ ਭਾਈ ਮੈਂ ਵੀ ਅਹਿਮ ਆ ਹਾਂਜੀ 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 ਇੱਕ ਪਾਰਟ ਤਾਂ ਇਹ ਹੁੰਦਾ ਹੈ ਜਿਹੜਾ ਪ੍ਰੈਸ਼ਰ ਵਾਲਾ ਡਿਸੀਜਨ ਲੈਣ ਦਾ ਉਹ ਐਹਮੀਅਤ ਦਰਸਾਉਣ ਦਾ ਪ੍ਰੈਸ਼ਰ ਹੁੰਦਾ ਹੈ ਹਾਂਜੀ ਹਾਂਜੀ ਦੂਜੇ ਪਾਸੇ ਪ੍ਰੈਸ਼ਰ ਜਿਹੜਾ ਹੁੰਦਾ ਉਹ ਇਹ ਹੁੰਦਾ ਵੀ ਐਸ ਟਾਈਮ ਤੁਸੀਂ ਉਹ ਬੰਦੇ ਨੂੰ ਨਾ ਨਹੀਂ ਕਰਨਾ ਚਾਹੁੰਦੇ ਉਹਦੇ ਪਿੱਛੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੀ ਹੁਣ ਤਾਂ ਤੁਸੀਂ ਨਾ ਨਹੀਂ ਕਰ ਰਹੇ ਤੁਸੀਂ ਹੁਣ ਚਾਹੁੰਦੇ ਨਹੀਂ ਵੀ ਮੈਂ ਇਹਦੇ ਨਾਲ ਕੋਈ ਤੂੰ ਤੂੰ ਮੈਂ ਮੈਂ ਕਰਾਂ ਜਾਂ ਮਾੜੇ ਮੋਟਾ ਵੀ ਆੜਾ ਮੋਟਾ ਵੀ ਉਹਦਾ ਮੂੰਹ ਬੇਗਾ ਹੋਵੇ ਪਰ ਲੌਂਗ ਰਨ ਦੇ ਵਿੱਚ ਸਾਲ 2 ਸਾਲ 5 ਸਾਲ 10 ਸਾਲ ਦੇ ਵਿੱਚ ਕਨਸੀਕੁਐਂਸ ਤੁਸੀਂ ਭਰੋਗੇ ਉਹ ਚੀਜ਼ ਆ ਤੇ ਉਦੋਂ ਫਿਰ ਤੁਸੀਂ ਖਿਜੋਗੇ ਉਹ ਬੰਦੇ ਤੇ ਰੋਜ਼ ਰੋਜ਼ ਇਤੋਂ ਚੰਗਾ ਹੁਣ ਤੁਸੀਂ ਅਪਦਾ ਦੇਖ ਕੇ ਆਪਣੇ ਹਿਸਾਬ ਨਾਲ ਡਿਸੀਜਨ ਨੂੰ ਲਓ ਆਪਣੇ ਹਿਸਾਬ ਨਾਲ ਡਿਸਾਈਡ ਕਰੋ ਤੇ ਦੂਜੇ ਨੂੰ ਕਹੋ ਬਾਈ ਜੀ ਥੋਡੀ ਸਲਾਹ ਸਿਰ ਮੱਥੇ ਆ ਪਰ ਮੇਰੇ ਹਾਲਾਤ ਮੇਰੀ ਸਿਚੁਏਸ਼ਨ ਮੇਰੇ ਹਿਸਾਬ ਨਾਲ ਜੋ ਮੈਂ ਅਗਲੇ 5-10 ਸਾਲ ਜ਼ਿੰਦਗੀ ਦੇਖਦਾ ਉਹਦੇ ਹਿਸਾਬ ਨਾਲ ਮੇਰੇ ਲਈ ਆ ਚੀਜ਼ ਠੀਕ ਹੈ ਤੇ ਮੈਂ ਇਹ ਕਰਨੀ ਆ ਆ ਤੁਸੀਂ ਜੋ ਡਿਸੀਜਨ ਦਿੱਤਾ ਤੁਹਾਡੇ ਹਿਸਾਬ ਨਾਲ ਬਿਲਕੁਲ ਠੀਕ ਆ ਪਰ ਮੈਨੂੰ ਨਹੀਂ ਲੱਗਦਾ ਵੀ ਇਸ ਟਾਈਮ ਮੇਰੀ ਲਾਈਫ ਦੇ ਵਿੱਚ ਇਹ ਚੀਜ਼ ਲਾਗੂ ਹੋ ਸਕਦੀ ਆ ਬਹੁਤ ਵਾਰੀ ਇਦਾਂ ਵੀ ਹੁੰਦਾ ਬੰਦਾ ਡਿਸੀਜਨ ਲੈ ਲੈਂਦਾ ਪਰ ਉਹ ਡਿਸੀਜਨ ਉੱਤੇ ਡਾਊਟ ਕਰਨ ਲੱਗ ਜਾਂਦਾ ਜਿਵੇਂ ਆਪਾਂ ਆਪਦੇ ਆਪ ਦੀ ਕਈ ਡਾਊਟ ਕਰਨ ਲੱਗ ਜਾਂਦੇ ਆ ਮੈਂ ਡਿਸੀਜਨ ਸਹੀ ਲਿਆ ਸੀ ਕਿ ਨਹੀਂ ਹਣਾ ਹੂੰ ਜੋ ਆਪਾਂ ਡਿਸੀਜਨ ਲੈ ਲੈਂਦੇ ਆਂ ਪਰ ਰਿਜ਼ਲਟ ਵਾਰੀ ਵੀ ਰਿਜ਼ਲਟ ਆ ਤਾਂ ਨਿਕਲ ਜੂਗਾ ਡਿਸੀਜਨ ਆਪਣਾ ਪਹਿਲਾਂ ਲਿਆ ਵਾ ਹੁੰਦਾ ਹੈਗਾ ਉਹਦੇ ਰਿਜ਼ਲਟ ਤੋਂ ਆਪਾਂ ਉੱਦੈ ਡਰਨ ਲੱਗ ਗਿਆ ਨਿਆ ਉਸ ਚੇਹੇ ਬੰਦੇ ਨੂੰ ਕੀ ਕਰਨਾ ਚਾਹੀਦਾ ਹੈਗਾ ਤੁਹਾਡਾ ਕੀ ਖਿਆਲ ਹੈ ਉਹਦੇ ਬਾਰੇ ਦੇਖੋ ਇਹ ਇਹ ਕਾਮਨ ਚੀਜ਼ ਆ ਹਾਂਜੀ ਹਾਂਜੀ ਜਦੋਂ ਤੁਸੀਂ ਕੁਝ ਸਪੋਰਟ ਵੀ ਖੇਲਦੇ ਹੋ ਜਦੋਂ ਤੁਸੀਂ ਕੁਝ ਵੀ ਕਰਦੇ ਹੋ ਜਦੋਂ ਤੁਸੀਂ 에어ਪੋਰਟ ਤੇ ਵੀ ਜਾਂਦੇ ਹੋ ਨਾ ਅਗਰ ਦੂਜੇ ਕੰਟਰੀ ਚ ਤੁਸੀਂ 100 ਵਾਰ ਹੀ ਲੰਘਿਆ ਹੋ ਮਤੋਂ ਉਹਦੇ ਇਮੀਗ੍ਰੇਸ਼ਨ ਵਿੱਚ ਦੀ ਅਲਕੀ ਜੀ ਘਬਰਾਹਟ ਤੁਹਾਨੂੰ ਉਦੋਂ ਵੀ ਹੁੰਦੀ ਹੈ ਪਤਾ ਨਹੀਂ ਯਾਰ ਕਿਸ਼ਕ ਕਹਿ ਨਾ ਦੇਣਾ ਹੈਨਾ ਜਦੋਂ ਤੁਹਾਡਾ ਉਹ ਟੈਚੀ ਜਾਨੀ ਆਉਂਦਾ ਕਈ ਵਾਰੀ ਉਦੋਂ ਵੀ ਘਬਰਾਹਟ ਹੁੰਦੀ ਹੈ ਹੈਨਾ ਬਹੁਤ ਬੜੀ ਹਰ ਚੀਜ਼ ਤੇ ਥੋੜੀ ਜੀ ਘਬਰਾਹਟ ਜੈਨੂਇਨ ਹੈ ਔਰ ਉਦੋਂ ਆਪਾਂ ਐ ਥੋੜੀ ਰਿਗਰੈਟ ਕਰਦੇ ਨੇ ਯਾਰ ਜਹਾਜ਼ ਕਿਉਂ ਚੜਾ ਯਾਰ ਟਿਕਟ ਕਿਉਂ ਲਈ ਯਾਰ ਲੈਣੀ ਨਹੀਂ ਸੀ ਟਿਕਟ ਜਹਾਜ਼ ਛੱਡਣਾ ਨਹੀਂ ਸੀ ਕਿਉਂਕਿ ਕਬਾ ਸੋਚ ਕੇ ਹੀ ਕੰਮ ਕਰਦੇ ਆ 70% 60 70% ਚੀਜ਼ ਉਵੇਂ ਹੀ ਹੁੰਦੀ ਹੈ ਜਿਵੇਂ ਆਪਾਂ ਸੋਚੀ ਹੁੰਦੀ ਆ ਹਾਂਜੀ ਹਾਂਜੀ 20 ਤੋਂ 40% ਦੇ ਵਿੱਚ ਚੀਜ਼ ਉਵੇਂ ਨਹੀਂ ਹੁੰਦੀ ਜਿਵੇਂ ਆਪਾਂ ਸ ਤਜੋ ਆਪਣਾ ਡਿਸੀਜਨ ਲੈਣਾ ਇਹ ਸੋਚ ਕੇ ਨਹੀਂ ਲੈਣਾ ਵੀ ਚੀਜ਼ ਇਨ ਬਿਨ ਐਂ ਹੀ ਹੋਊਗੀ ਉਦੋਂ ਇਹ ਹੁੰਦਾ ਨਾ ਵੀ ਐਂ ਦੇ ਹੋ ਜਾਊਗੀ ਮਾੜਾ ਮੋਟਾ ਇੱਧਰ ਉੱਧਰ ਵੀ ਹੋ ਸਕਦਾ ਹੁਣ ਸਿੰਪਲ ਐਗਜ਼ਾਮਪਲ ਆ ਫਿਰ ਖੇਡਾਂ ਵਾਲੀ ਗੱਲ ਚ ਨਿਰਜ ਚੋਪੜਾ ਸਿਲਵਰ ਜਿੱਤੇ ਆ 골ਡ ਨਹੀਂ ਜਿੱਤ ਸਕਿਆ ਹਾਂਜੀ ਪਿਛਲੀ ਵਾਰ ਯਾਰਸ਼ਦ ਨਹੀਂ ਜਿੱਤ ਸਕਿਆ ਸੀ ਹਾਂਜੀ ਹੈ ਨਾ ਉਹ ਡਿਸੀਜਨ ਤਾਂ 골ਡ ਦੀ ਸੀ ਉਹਨਾਂ ਦਾ ਜਦੋਂ ਉਹਨਾਂ ਨੇ ਟ੍ਰੇਨਿੰਗ ਜ਼ਿੰਦਗੀ ਦੀ ਸ਼ੁਰੂ ਕਰੀ ਆ ਵੀ ਮੈਂ 골ਡ ਲੈਣਾ ਜਿੰਦਗੀ ਤੋਂ ਉੱਥੋਂ ਹੀ ਸ਼ੁਰੂ ਹੋਈ ਆ ਨਾ ਡਿਸੀਜਨ ਤਾਂ ਉੱਥੋਂ ਹੀ ਸ਼ੁਰੂ ਹੋਇਆ ਸੀਗਾ ਪਰ ਹੁਣ ਬੈਠ ਕੇ ਰੈਗਰੈਟ ਕਰਨਾ ਉਹ ਥੋੜੀ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਸ਼ਾਇਦ ਕੁਆਲੀਫਾਈ ਵੀ ਨਾ ਹੋ ਜਾਏ ਕਈਆਂ ਦਾ ਡਿਸਕਵਾਲਿਫਾਈ ਵੀ ਹੋ ਜਾਂਦਾ ਹੈ ਆਪਣੇ ਐਗਜ਼ਾਮਪਲ ਲਈ ਆ ਫੇਰ ਨੈਸਲਿੰਗ ਦੇ ਵਿੱਚ ਤੁਸੀਂ ਜੋ ਡਿਸੀਜਨ ਲਿਆ ਉਹ ਤੁਸੀਂ ਉਸ ਦਿਨ ਲਿਆ ਜਦਦੇ ਤੁਸੀਂ ਉਹ ਫੈਸਲਾ ਕਰ ਰਹੇ ਹੋ ਤੁਹਾਡੇ ਕੋਲ ਜਿੰਨੀ ਜਾਣਕਾਰੀ ਹੈ ਉਹਦੇ ਹਿਸਾਬ ਨਾਲ ਜੋ ਤੁਹਾਨੂੰ ਲੱਗਦਾ ਵੀ ਆਊਟਕਮ ਆਊਗੀ ਅੱਜ ਤੋਂ ਸਾਲ 2 ਸਾਲ 5 ਸਾਲ ਜਿੰਨਾ ਚਿਰ ਤੁਹਾਡਾ ਡਿਸੀਜਨ ਹੈ ਹਾਂਜੀ ਹਾਂਜੀ ਅੱਜ ਬੈਠ ਕੇ ਉਹ ਅਗਲੀ ਤਸਵੀਰ ਤੁਸੀਂ ਬਣਾ ਸਕਦੇ ਹੋ ਪਰ ਅੱਗੋਂ ਬੈਠ ਕੇ ਤੁਸੀਂ ਪਿੱਛੇ ਵਾਲੇ ਤੇ ਪਛਤਾਵਾ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਜੋ ਤੁਸੀਂ ਕਰੀਓ ਨਾ ਕਰਕੇ ਅੱਜ ਤੁਸੀਂ ਹੋ ਜਿੱਥੇ ਹੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੀ ਹਰ ਡਿਸੀਜਨ ਜਿਹੜਾ ਉਹ ਬਿਲਕੁਲ ਓਮੇ ਦੀ ਓਮੇ ਪੈਨ ਆਊਟ ਨਹੀਂ ਹੋਊਗਾ ਪਰ ਜਿੱਥੇ ਤੁਸੀਂ 5 ਸਾਲ ਪਹਿਲਾਂ ਖੜੇ ਸੀ ਜਾਂ 2 ਸਾਲ ਪਹਿਲਾਂ ਖੜੇ ਸੀ ਉਦੋਂ ਤੁਸੀਂ ਬਿਹਤਰ ਹੋ ਗਏ ਹੋ ਕਿਉਂਕਿ ਤੁਸੀਂ ਇਹ ਫੈਸਲਾ ਲਿਆ ਸੀ ਉਸ ਨਜ਼ਰੀਏ ਨਾਲ ਆਪਣਾ ਉਹ ਦੇਖੜਾ ਬੈਣਾ ਆਦਰਵਾਈਜ਼ ਫਿਰ ਆਪਾਂ ਉਹੀ ਆ ਵੀ ਸੋਚੀ ਜਾਓ ਸੋਚੀ ਜਾਓ ਓਵਰ ਥਿੰਕਿੰਗ ਹੋਈ ਜਾਊਗੀ ਸਟੈਪ ਆਪਾਂ ਲੈਣਾ ਨਹੀਂ ਉਹਨੇ ਤਾਂ ਫਿਰ ਤੰਗ ਹੀ ਕਰਨਾ ਕਈ ਵਾਰ ਬੰਦਾ ਡਿਸੀਜਨ ਲੈ ਕੇ ਪਰ ਉਹ ਲਈ ਕੁਝ ਕਰਦਾ ਨਹੀਂ ਉਹਨੂੰ ਆਏ ਹੁੰਦਾ ਜੇ ਗਲਤ ਨਿਕਲ ਗਿਆ ਮੈਂ ਡਿਸੀਜਨ ਗਲਤ ਲੈ ਬੈਠਾ ਟਾਈਮ ਵੀ ਇੱਥੋਂ ਲੰਘ ਗਿਆ ਦੁਆਰਾ ਨੂੰ ਹੁਣ ਪਰਵਾਇਜ਼ ਕਰਕੇ ਸੈੱਟ ਵੀ ਨਹੀਂ ਕਰ ਸਕਦੇ ਸੋ ਉਹਦੇ ਵਿੱਚ ਕਈ ਬੰਦੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ ਸੁਸਾਈਡ ਵੀ ਕਰਨੇ ਕੋਸ਼ਿਸ਼ ਕਰਦੇ ਆ ਬਹੁਤ ਕਈ ਸائیں ਦੇਖਿਆ ਗਿਆ ਹੈਗਾ ਆ ਦੇ ਡਿਸੀਜਨਾਂ ਕਰਕੇ ਜਿਵੇਂ ਗੱਡੀ ਵਾਲ ਤੁਸੀਂ ਐਗਜ਼ਾਮਪਲ ਦਿੱਤੀ ਸੀਗੀ ਤੇ ਇਹ ਚੀਜ਼ ਨਾ ਕਿਵੇਂ ਝੂਜਿਆ ਜਾ ਸਕਦਾ ਇਹਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਵੀ ਬੰਦੇ ਆਪ ਨੂੰ ਇੱਕ ਲੋ ਸੈਲਫ ਡਾਊਟ ਹੀ ਗੈਲੋ ਜਾਂ ਬਾਅਦ ਚ ਬੰਦਾ ਰਿਗਰਟ ਫੀਲ ਕਰਨ ਲੱਗ ਜਾਂਦਾ ਇਹ ਚੀਜ਼ਾਂ ਹੋ ਜਾਂਦੀਆਂ ਇਹ ਜਿਹੜਾ ਪਾਰਟ ਆ ਨਾ ਇਹ ਬਹੁਤ ਸਮਝਣ ਦੀ ਲੋੜ ਆ ਵੀ ਰਿਗਰਟ ਹੈ ਜਿਹੜਾ ਉਹ ਦੋ ਤਰ੍ਹਾਂ ਦਾ ਹੋ ਸਕਦਾ ਵੀ ਆਹ ਚੀਜ਼ ਮੈਂ ਕਿਉਂ ਕਰੀ ਜਾਂ ਆਹ ਚੀਜ਼ ਮੈਂ ਕਿਉਂ ਨਹੀਂ ਕਰੀ ਠੀਕ ਹੈ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਇਹ ਚੀਜ਼ ਕਰਨੀ ਚਾਹੁੰਦੇ ਸੀ ਫਿਰ ਰਿਗਰਟ ਜਿਹੜਾ ਕਰਨ ਤੋਂ ਬਾਅਦ ਹੋਊਗਾ ਜਿਹੜਾ ਐਟ ਲੀਸਟ ਉਹਦੇ ਵਿੱਚ ਇਹ ਗਲਤ ਹੋ ਵੀ ਚਾਲ ਆਪਾਂ ਟਰਾਈ ਤਾਂ ਕਰ ਲਿਆ ਬਾਈ ਜੇ ਆਪਾਂ ਟਰਾਈ ਹੀ ਨਾ ਕਰਿਆ ਫਿਰ ਆਪਾਂ ਨੂੰ ਰਿਗਰਟ ਵੀ ਰਹੂ ਤੇ ਆਪਾਂ ਦੂਜਿਆਂ ਤੇ ਵੀ ਖਿੱਚੀ ਜਾਵਾਂਗੇ ਫਲਾਣੇ ਕਰਕੇ ਨਹੀਂ ਕਰਿਆ ਥਮਕੇ ਕਰਕੇ ਨਹੀਂ ਕਰਿਆ ਇਹਦੇ ਕਰਕੇ ਨਹੀਂ ਹੋਇਆ ਉਹਦੇ ਕਰਕੇ ਨਹੀਂ ਹੋਇਆ ਇਹ ਨਹੀਂ ਉਹ ਨਹੀਂ ਉਹ ਚੀਜ਼ ਫਿਰ ਬਹੁਤ ਜ਼ਿਆਦਾ ਮੇਜਰ ਹੋ ਜਾਂਦੀ ਹੈ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਉਥੇ ਵੀ ਜੇ ਪਛਤਾਵਾ ਹੋਵੇ ਵੀ ਤਾਂ ਪਛਤਾਵਾ ਇਹ ਚੀਜ਼ ਆ ਉਹ ਵੀ ਰਿਜ਼ਲਟ ਨਹੀਂ ਆਇਆ ਪਛਤਾਵਾ ਇਸ ਚੀਜ਼ ਨਾਲ ਹੋਵੇ ਵੀ ਆਪਾਂ ਟਰਾਈ ਨਹੀਂ ਕਰੀ ਹਾਂਜੀ ਹਾਂਜੀ ਸਰ ਜੌਨ ਬੁੱਡਨ ਹੈ ਯੂਸੀਐਲ ਦੇ ਕੋਚ ਸੀਗੇ ਬਾਸਕਟਬਾਲ ਦੇ ਕੋਚ ਉਥੇ ਜੌਨ ਬੁੱਡਨ ਦੇ ਬਾਰੇ ਤੁਸੀਂ ਜਿੰਨਾ ਪੜੋਗੇ ਉਹਨਾਂ ਥੋੜਾ ਉਹ ਮੈਨੂੰ ਉਹਦਾ 12 ਸਾਲ ਤੋਂ ਪਤਨ 10 ਸਾਲ ਚੈਂਪੀਅਨ ਰਹੀ ਸੀ ਟੀਮ ਜਿੱਤ ਤੇ ਕਾਮਯਾਬੀ ਦੇ ਵਿੱਚ ਦੇ ਫਰਕ ਬਾਰੇ ਕੋਨਾਂ ਦੀ ਵੀਡੀਓ ਆ ਸਕਸੈਸ ਤੇ ਵਿਨ ਦੇ ਵਿੱਚ ਫਰਕ ਕੀ ਹੁੰਦਾ ਉਹ ਕਹਿੰਦਾ ਜਿਹੜੀ ਵਿਨ ਹੈ ਜਿਹੜੀ ਜਿੱਤ ਹੈ ਉਹ ਇੱਕ ਵਾਰ ਦੀ ਆ ਜਿਹੜੀ ਕਾਮਯਾਬੀ ਆ ਉਹ ਸਦਾ ਵਾਸਤੇ ਆ ਉਹ ਜਦੋਂ ਮੇਰੇ ਪਲੇਅਰ ਜਾਂਦੇ ਸੀ ਨਾ ਖੇਲਣ ਗਰਾਊਂਡ ਦੇ ਵਿੱਚ ਕਹਿੰਦਾ ਮੈਂ ਉਹਨਾਂ ਨੂੰ ਕਦੇ ਇਹ ਨਹੀਂ ਕਹਿੰਦਾ ਜਿੱਤ ਕੇ ਆਉਣਾ ਕਹਿੰਦਾ ਮੈਂ ਉਹਨਾਂ ਨੂੰ ਸਿਰਫ ਇਹ ਗੱਲ ਕਹਿੰਦਾ ਸੀ ਵੀ ਜਦੋਂ ਤੁਸੀਂ ਗਰਾਊਂਡ ਚੋਂ ਬਾਹਰ ਨਿਕਲੋ ਜਿਹੜੇ ਬੰਦੇ ਨੇ ਮੈਚ ਨਹੀਂ ਦੇਖਿਆ ਉਹ ਥੋੜਾ ਮੂੰਹ ਦੇਖ ਕੇ ਇਹ ਨਾ ਦੱਸ ਸਕੇ ਵੀ ਤੁਸੀਂ ਮੈਚ ਹਾਰ ਕੇ ਆਏ ਹੋ ਤੁਹਾਡੇ ਅੰਦਰ ਇਨੀ ਤਸੱਲੀ ਹੋਣੀ ਚਾਹੀਦੀ ਹੈ ਉਸ ਟਾਈਮ ਵੀ ਬਾਈ ਆਪਾਂ ਪੂਰੀ ਜਾਨ ਮਾਰਤੀ ਤੇ ਸਵਾਦ ਆ ਰਿਹਾ ਹਾਂਜੀ ਹਾਂਜੀ ਜੇ ਤੁਸੀਂ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਲਓਗੇ ਜਿਹੜੇ ਡਿਸੀਜਨ ਲੈਣੇ ਉਹਨਾਂ ਤੇ ਪੂਰੀ ਜਾਨ ਮਾਰੋਗੇ ਤਾਂ ਤੁਹਾਨੂੰ ਸਵਾਦ ਆਊਗਾ ਹੀ ਆਊਗਾ ਰਿਜ਼ਲਟ ਜੋ ਮਰਜ਼ੀ ਹੋਵੇ ਰਿਜ਼ਲਟ ਦਾ ਫਰਕ ਨਹੀਂ ਪੈਂਦਾ ਸੇਮ ਤੁਸੀਂ ਮੈਂ ਫੇਰ ਉਹਦੀ ਤੁਹਾਨੂੰ ਦਿਨਾ ਐਗਜ਼ਾਮਪਲ ਆਪਣੇ ਮੁੰਡੇ ਬ੍ਰੌਂਜ਼ ਜਿੱਤੇ ਨੇ ਹੌਕੀ ਦੇ ਵਿੱਚ ਕਿੰਨੇ ਖੁਸ਼ ਨੇ ਹਾਂਜੀ 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 ਨੀਰਜ ਨੂੰ ਸਿਲਵਰ ਮਿਲਿਆ 골ਡ ਨਹੀਂ ਮਿਲਿਆ ਕਿੰਨਾ ਖੁਸ਼ ਆਹੋ ਕਿਉਂਕਿ ਉਹਨੂੰ ਐ ਪਤਾ ਵੀ ਆਪਾਂ ਤਾਂ ਪੂਰੀ ਲਾਤੀ ਬਾਈ ਕੱਚ ਛੱਡੀ ਨਹੀਂ ਕੋਈ ਸਿੱਖ ਲਿਆ ਇਥੋਂ ਅਗਲੀ ਵਾਰੀ ਹੋਰ ਲਾਵਾਂਗੇ ਇਹ ਸੇ ਚੀਜ਼ ਨਾਲ ਤੁਸੀਂ ਰਿਗਰੈਟ ਤੋਂ ਬਚ ਸਕਦੇ ਹੋ ਜੇ সুইমিং ਕਰਨੀ ਦਾ ਪੂਲ ਚ ਉਤਰਨਾ ਪੈਣਾ ਹੀ ਹੈ ਨਾ ਹਾਂਜੀ ਹਾਂਜੀ ਬਾਹਰ ਬੈਠੇ ਨੂੰ ਵੀ ਰਿਗਰੈਟ ਨਹੀਂ সুইমিং ਸਿੱਖੀ ਨਹੀਂ ਪੂਲ ਚ ਉਤਰ ਕੇ ਚਾਰ ਡੋਪਕੀਆਂ ਲਾਗੀਆਂ ਨੱਕ ਚ ਪਾਣੀ ਪੈ ਗਿਆ ਉਹਨੂੰ ਵੀ ਥੋੜਾ ਮੋਟਾ ਰਿਗਰੈਟਾ ਪਰ ਐਟ ਲੀਸਟ ਉਹਨੇ ਐਕਸਪੀਰੀਅੰਸ ਤਾਂ ਕਰ ਲਿਆ ਹਾਂਜੀ ਹਾਂਜੀ ਇਹੀ ਵਰਗ ਆ ਕਈ ਬੰਦੇ ਕਹਿੰਦੇ ਅਸੀਂ ਵੀ ਗੱਟ ਫੀਲਿੰਗ ਦੇ ਨਾਲ ਜਾਂਦਰੋ ਆਵਾਜ਼ ਆਉਂਦੀ ਹੁੰਦੀ ਹੈ ਇੱਕ ਵਿੱਚ ਦੇਖ ਲਾਂਗੇ ਫੈਸਲਾ ਲੈ ਲੈਣੇ ਅੱਜ ਦੇਖ ਲਾਂਗੇ ਬਾਅਦੋਂ ਜਾਂ ਚੱਕ ਦਾਂ ਫੱਟੇ ਹੈ ਨਾ ਮਨ ਦੇ ਵਿੱਚ ਹੁੰਦਾ ਕਿ ਯਾਰ ਪਰ ਬਾਅਦੋਂ ਵੀ ਇਹ ਰਿਜ਼ਲਟ ਦੇਖੀ ਨਹੀਂ ਜਾਂਦੇ ਬਹੁਤ ਵਾਰੀ ਵੀ ਹੁੰਦਾ ਹੈ ਜੀ ਤਕਰੀ ਤੂੰ ਦੇਖੀ ਜਾਊਗੀ ਦੇਖੀ ਜਾਊ ਹਣਾ ਇਹ ਇੱਕ ਪਾਸੇ ਬਹੁਤ ਚੰਗਾ ਵੀ ਆ ਹਲਾਸ਼ਰੀ ਦੇਣ ਨੂੰ ਹਾਂਜੀ ਪਰ ਇੱਕ ਪਾਸੇ ਬਹੁਤ ਮਾੜਾ ਵੀ ਆ ਵੀ ਇਹ ਝੁੱਗਾ ਚੌੜ ਕਰਾਉਂਦਾ ਦੇਖੀ ਜਾਊਗੀ ਹਾਂਜੀ ਹਾਂਜੀ ਤਾਂ ਦੇਖੀ ਜਾਊਗੀ ਵਾਲਾ ਜਿਹੜਾ ਬੈਲੈਂਸ ਹਾਂਜੀ ਲੌਜਿਕ ਦੇ ਨਾਲ ਤੇ ਰੀਜ਼ਨਿੰਗ ਦੇ ਨਾਲ ਹੋਣਾ ਚਾਹੀਦਾ ਕੱਲੀ ਦੇਖੀ ਜਾਊਗੀ ਦੇ ਨਾਲ ਕਦੇ ਵੀ ਆਪਾਂ ਡਿਸੀਜਨ ਨਹੀਂ ਲੈ ਸਕਦੇ ਜਦੋਂ ਕੱਲੀ ਦੇਖੀ ਜਾਊਗੀ ਵਾਲਾ ਕੰਮ ਹੋਊਗਾ ਉਦੋਂ ਪਟਾਕੇ ਪੈਣੇ ਨੇ ਦੇਖੀ ਜਾਊਗੀ ਵਾਲੀ ਫੀਲਿੰਗ ਜ਼ਰੂਰੀ ਹੈ ਉਨਾ ਜਾਰ ਇਸ ਕੋ 30% ਚਾਹੀਦਾ ਵੀ ਕੋਈ ਚੱਕਰ ਨਹੀਂ ਲਾ ਦੇ ਜੋਰ ਦੇਖ ਲਾਂਗੇ ਪਰ ਮਗਰ ਕੋਈ ਨਾ ਕੋਈ ਤਿਆਰੀ ਤਾਂ ਹੋਣੀ ਚਾਹੀਦੀ ਹੈ ਨਾ ਮਗਰ ਕੋਈ ਨਾ ਕੋਈ ਪ੍ਰੈਪਰੇਸ਼ਨ ਕੋਈ ਨਾ ਕੋਈ ਰਿਸਰਚ ਕੋਈ ਨਾ ਕੋਈ ਸਪੋਰਟ ਕੋਈ ਨਾ ਕੋਈ ਰਿਸੋਰਸ ਕੁਝ ਤਾਂ ਮਗਰ ਹੋਵੇ ਵੀ ਭਾਈ ਇਹ ਆ ਐਂ ਕਰਾਂਗੇ ਇਹਦੇ ਆ ਰਿਜ਼ਲਟ ਆਉਣਗੇ ਆ ਰਿਪੋਰਟਾਂ ਕਹਿੰਦੀਆਂ ਐ ਜਾਂ ਆ ਚੀਜ਼ ਬਿਜ਼ਨਸ ਦੀਆਂ ਰਿਪੋਰਟਾਂ ਕਹਿੰਦੀਆਂ ਐ ਜਾਂ ਆ ਅੱਜਕੱਲ ਦੇ ਟ੍ਰੈਂਡ ਕਹਿੰਦੇ ਨੇ ਜਾਂ ਜੇ ਪ੍ਰੋਪਰਟੀਜ਼ ਦਾ ਮਾਰਕੀਟ ਆ ਜਾਂਦੀ ਹੈ ਜੇ ਪੈਸੇ ਲਾਉਣੇ ਨੇ ਉੱਥੇ ਜੋ ਵੀ ਕਰਨਾ ਹੈ ਹਾਂਜੀ ਉਹਦੇ ਪਿੱਛੇ ਉਹਨਾਂ ਦਾ ਤਾਂ ਆਪਣਾ ਹੋਣਾ ਚਾਹੀਦਾ ਫਿਰ ਪ੍ਰਾਈਮ ਐਗਜ਼ਾਮਪਲ ਆ ਜਾਂਦੇ ਆ ਵੀ ਕਿਸੇ ਦਾ ਜਬਾ ਕੈਨੇਡਾ ਗਿਆ ਆਪਾਂ ਕਹਿੰਦੇ ਦੇਖੀ ਜਾਊਗੀ ਆਪਣਾ ਨਮੀ ਚੜਾ ਦੋ ਪਰ ਬਹੁਤ ਔਖੇ ਹੁੰਦੇ ਲੋਕ ਬਹੁਤ ਪਰ ਫਿਰ ਦੇਖੀ ਜਾਂਦੀ ਆ ਫਿਰ ਪਰ ਦੇਖਿਆ ਕਈ ਨਹੀਂ ਜਾਂਦਾ ਇਹ ਰੰਦਾਂ ਵੀ ਬਹੁਤ ਦੇਖਿਆ ਵੀ ਨਹੀਂ ਜਾਂਦਾ ਹਾਂ ਦੇਖਿਆ ਵੀ ਨਹੀਂ ਜਾਂਦਾ ਨਹੀਂ ਦੇਖਿਆ ਜਾਂਦਾ ਫਿਰ ਫੇਰ ਅੱਖਾਂ ਬੰਦ ਹੋ ਜਾਂਦੀਆਂ ਨੇ ਹੈਨਾ ਫਿਰ ਫੋਨ ਲਾਉਂਦੇ ਨੇ ਸਾਰਿਆਂ ਨੂੰ ਵੀ ਇੱਥੇ ਕੰਮ ਲੱਭ ਦੋ ਹੈਨਾ ਵੀ ਕੰਮ ਤਾਂ ਹੁਣ ਜਿੰਨੀ ਭਾਈ ਇੰਨੇ ਬੰਦੇ ਆਗੇ ਤਾਂ ਲੇਬਰ ਜਿੰਵੇਂ ਹੁੰਦੀ ਉਹਨੇ ਕੀ ਲੱਭਿਆ ਜਾਊਗਾ ਪਰ ਉਹ ਦੇਖੀ ਜਾਊਗੀ ਆ ਜਿਹੜੀ ਉਹ ਬੜੀ ਖਤਰਨਾਕ ਆਵੇਂ ਦੇਖੀ ਜਾਊਗੀ 20 30% ਹੋ ਸਕਦੀ ਹੈ ਡਿਸੀਜਨ ਦੇ ਵਿੱਚ ਵੀ ਆਪਾਂ ਦਾ ਜੋਰ ਲਾਤਾ ਆਪਾਂ ਆਪਣੀ ਨੌਲੇਜ ਸਾਰੀ ਵਰਤ ਲਈ ਆਪਾਂ ਨੂੰ ਲੱਗਦਾ ਇਹ ਰਾਈਟ ਟਾਈਮ ਹੈ ਸਟੈਪ ਲੈਣ ਦਾ ਬਾਕੀ ਜੋ ਹੋਊਗੀ ਦੇਖੀ ਜਾਊਗੀ ਨਾ ਕਿ ਜੋ ਵੀ ਹੋਊ ਦੇਖਿਆ ਜਾਊ ਇਹ ਦੋ ਚੀਜ਼ਾਂ ਦਾ ਫਰਕ ਸਮਝਣ ਦੀ ਲੋੜ ਹੈ ਵੀ ਇੰਨਾ ਕੁਝ ਆਪਾਂ ਕਰਤਾ ਹੁਣ ਬਾਕੀ ਜੋ ਹੈ ਮਹਾਰਾਜ ਦੇ ਹੱਥ ਆ ਕੁਝ ਵੀ ਨਹੀਂ ਕਰਨਾ ਆਪ ਸਾਰੀ ਫਾਈਲ ਏਜੰਟ ਨੇ ਬਣਾ ਕੇ ਦੇਣੀ ਆ ਆਪ ਕਦੇ ਕਾਲਜ ਵੀ ਨਹੀਂ ਗਏ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਹੈਨਾ ਕੁਝ ਪਤਾ ਨਹੀਂ ਕਹਾ ਕੀ ਹੋਣਾ ਫਿਰ ਨਹੀਂ ਦੇਖੀ ਜਾਂਦੀ ਉਥੇ ਪੰਗਾ ਪੈ ਜਾਂਦਾ ਕਈ ਵਾਰ ਬੰਦੇ ਬਤਾ ਕੀ ਕਰਦੇ ਆ ਵੀ ਸੋਚਦੇ ਆ ਵੀ ਡਿਸੀਜਨ ਬਾਅਦ ਚੋਂ ਲੈ ਲਾਂਗੇ ਵੀ ਟਾਈਮ ਪਾਸ ਕਰੀ ਜਾਂਦੇ ਆ ਵੀ ਟਾਈਮ ਲੰਗਾਈ ਜਾਂਦੇ ਆ ਲੰਗਾਈ ਜਾਂਦੇ ਆ ਪੇਪਰਾਂ ਵਾਲੀ ਗੱਲ ਹੀ ਆ ਗਈ ਪਹਿਲਾਂ ਪੜਦੇ ਨਹੀਂ ਸਾਰਾ ਸਾਲ ਪੜੇ ਪੇਪਰ ਨੂੰ ਇੱਕ ਦਿਨ ਰਾਤ ਪੜਨ ਲੱਗ ਜਾਂਦੇ ਆ ਟਾਲ ਮਟੋਲ ਜਗਾ ਤੋਂ ਕਰਦੇ ਬੰਦੇ ਆਪਣੇ ਦੋ ਤਿੰਨ ਤਰ੍ਹਾਂ ਦੀ ਟਾਲ ਹੁੰਦੀ ਆ ਇੱਕ ਤਾਂ ਬੰਦਾ ਸੱਚੀ ਥੱਕਿਆ ਫਿਜ਼ੀਕਲੀ ਜਾਂ ਮੈਂਟਲੀ ਉਹਦਾ ਆਪਦੀ ਬ੍ਰੇਕ ਲੈ ਲਓ ਹਾਂਜੀ ਹਾਂਜੀ ਹੈਨਾ ਇੱਕ ਬੰਦੇ ਨੂੰ ਹੁੰਦਾ ਵੀ ਫੀਅਰ ਆਫ ਅਨਨੋਨ ਵੀ ਅੱਗੇ ਜੋ ਹੋਊਗਾ ਦਾ ਡਰ ਹੁੰਦਾ ਉਹ ਪਤਾ ਨਹੀਂ ਵੀ ਕੀ ਆ ਯਾਰ ਉਹ ਹਨਾ ਬਿਜ਼ਨਸ ਖੋਲ ਲਿਆ ਕਿਵੇਂ ਦਾ ਹੋ ਪਤਾ ਨਹੀਂ ਹਾਂਜੀ ਹਨਾ ਕੰਟਰੀ ਚੇਂਜ ਕਰ ਲਿਆ ਕਿਵੇਂ ਦਾ ਹੋ ਪਤਾ ਨਹੀਂ ਉਹਦਾ ਡਰ ਹਾਂਜੀ ਪਰ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਹੁੰਦੀ ਆ ਉਹ ਹੁੰਦੀ ਹੈ ਕਿ ਜਿਹਨੂੰ ਆਪਾਂ ਇਹ ਅੰਗਰੇਜ਼ੀ ਚ ਕਹਿੰਦੇ ਨੇ ਪ੍ਰੋਕ੍ਰਾਸਟੀਨੇਸ਼ਨ ਹਾਂਜੀ ਹਨਾ ਨੀਸਤੀ ਕਹ ਲਓ ਜਾਂ ਵਿਹਲਾਪਨ ਕਹ ਲਓ ਉਹਨੂੰ ਹਨਾ ਜਿਸ ਤਰੀਕੇ ਨਾਲ ਵੀ ਆਪਾਂ ਨੂੰ ਪੰਜਾਬੀ ਚ ਕਹ ਲਈਏ ਉਹਦੇ ਵਿੱਚ ਕਾਰਨ ਇਹ ਹੁੰਦਾ ਵੀ ਜਿਹੜੀ ਚੀਜ਼ ਕਰਨੀ ਆ ਉਹੋ ਤੁਹਾਡੀਆਂ ਵੈਲਿਊਜ਼ ਨਾਲ ਅਲਾਈਨ ਨਹੀਂ ਹੋਈ ਹੁੰਦੀ। ਵੀ ਇਹ ਕਰਕੇ ਮੈਨੂੰ ਅਸਲ ਵਿੱਚ ਹਾਸਲ ਕੀ ਹੋਊਗਾ? ਉਹ ਅਸਲ ਹੈ ਜਿਹੜਾ ਕਿਸੇ ਹੋਰ ਦਾ ਵਧੀਆ ਹੋ ਸਕਦਾ ਵੀ ਫਲਾਣਾ ਬੰਦਾ ਕਹਿੰਦਾ ਵੀ ਜੇ ਮੈਂ ਆ ਚੀਜ਼ ਕਰ ਲਈ ਇਹਦੇ ਨਾਲ ਮੇਰੇ ਮਸਲ ਵੱਧ ਜਾਣੇ ਮੈਂ ਜਿੰਮ ਲਾਉਣ ਲੱਗ ਗਿਆ। ਪਰ ਇਹ ਬੰਦੇ ਦੀਆਂ ਕੋਰ ਵੈਲਿਊ ਚ ਬੋਡੀ ਬਿਲਡਿੰਗ ਹੈ ਹੀ ਨਹੀਂ। ਇਹ ਹੋਰ ਚੀਜ਼ ਕਿਉਂ ਕਰੇ? ਜਿੰਮ ਕਿਉਂ ਜਾਵੇ? ਇਹ ਡਿਸੀਜਨ ਉਹ ਕਿਉਂ ਬਣਾਵੇ? ਉਹਦੇ ਲਈ ਕਰਨਾ ਕੀ ਚਾਹੀਦਾ? ਤੁਸੀਂ ਇਹ ਦੇਖੋ ਵੀ ਇਹ ਜੋ ਮੈਂ ਜ਼ਿੰਦਗੀ ਚ ਚਾਹੁੰਨਾ ਉਨੁਕਮੇ ਬਿਹਤਰ ਕਰੂ ਮਨ ਲੋਟੜੀ ਜ਼ਿੰਦਗੀ ਦੇ ਵਿੱਚ ਇਹ ਹੈ ਵੀ ਜਦੋਂ ਮੈਂ ਵੱਡਾ ਆਵਾਂ ਆਪਣੇ ਜਵਾਕਾਂ ਨਾਲ ਖੇਡ ਸਕਾਂ ਜਦੋਂ ਮੈਂ ਬੁढ़ा ਹੋ ਜਾ ਮੈਂ ਉਦੋਂ ਵੀ ਆਪਣੇ ਜਵਾਕਾਂ ਨਾਲ ਖੇਡ ਸਕਾਂ ਮੈਂ ਜਿੰਨਾ ਚਿਰ ਜਿਉਂਦਾ ਰਹਾ ਯਾਰ ਮੇਰੇ ਹੱਥ ਪੈਰ ਚੱਲਦੇ ਰਹਿਣ ਛੋਟੀ ਵੈਲੀ ਇਹ ਹੋ ਸਕਦੀ ਹੈ ਤੇ ਇਸ ਲਈ ਵੀ ਜਮਾਂ ਲੱਗ ਕੇ ਸਾਦਾ ਨਾ ਮੇਰੇ ਪਰਿਵਾਰ ਚ ਕਹ ਦੋ ਹੱਟ ਦੀ ਪ੍ਰੋਬਲਮ ਹੈ ਉਸ ਕਰਕੇ ਮੈਂ ਜ਼ਿਆਦਾ ਕਾਰਡੀਓ ਕਰਨੇ ਵੀ ਮੈਨੂੰ ਰਿਸਕ ਘਟ ਜੇ ਇਸ ਨਾਲ ਵੀ ਤੁਸੀਂ ਜਿਵੇਂ ਨੂੰ ਰਿਲੇਟ ਕਰ ਸਕਦੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ ਵੀ ਮੇਰੇ ਅਗਲੇ 5-10 ਸਾਲ ਦਾ ਪਲਾਨ ਕੀ ਹੈ ਜਿਹੜਾ ਵੀ ਡਿਸੀਜਨ ਮੈਂ ਲੈ ਰਿਹਾ ਜਿੱਦੋਂ ਮੈਨੂੰ ਹੁ ਕਰਨ ਨੂੰ ਜੱਕੋ ਤੱਕੋ ਜਾਮੈਂ ਉਥੇ ਇਹ ਦੇਖੋ ਵੀ ਇਹ ਮੇਰੀ ਜ਼ਿੰਦਗੀ ਦੇ ਵਿੱਚ ਜੋ ਮੇਰੇ ਅਗਲੇ 5-10 ਸਾਲ ਦੀ 15 ਸਾਲ ਦਾ ਪਲਾਨ ਹੈ ਉਹਦੇ ਵਿੱਚ ਜਿਵੇਂ ਕਰ ਲਿਆ ਤਾਂ ਇਹ ਅਗਲੇ 5-10 15 ਸਾਲ ਦੇ ਵਿੱਚ ਮੇਰੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾਉ ਇਹ ਚੀਜ਼ ਇੱਕ ਦੋ ਦਿਨ ਨਹੀਂ ਇੱਕ ਦੋ ਮਹੀਨੇ ਨਹੀਂ ਫਿਰ ਉਹ ਤੁਹਾਡੀਆਂ ਵੈਲਿਊ ਨਾਲ ਅਲਾਈਨ ਹੋ ਜਾ ਫਿਰ ਤੁਹਾਡੇ ਕੋਲ ਇੱਕ ਪਰਪਸ ਹੋਊਗਾ ਉਹ ਚੀਜ਼ ਕਰਨ ਦਾ ਫਿਰ ਐ ਨਹੀਂ ਆ ਵੀ ਲੋਕਾਂ ਮਗਰ ਲੱਗ ਕੇ ਕਰ ਰਹੇ ਫਿਰ ਤੁਸੀਂ ਕਰੋ ਉਦੋਂ ਪਹਿਲਾਂ ਨਹੀਂ ਉਦੋਂ ਪਹਿਲਾਂ ਤਾਂ ਫਿਰ ਦੋ ਦਿਨ ਕਰ ਲਿਆ ਤਿੰਨ ਦਿਨ ਕਰ ਲਿਆ ਪੰਜ ਦਿਨ ਕਰ ਲਿਆ ਬਾਅਦ ਚੋਂ ਨਹੀਂ ਕਰਿਆ ਫਿਰ ਨਿਕਲ ਬਣਦੀ ਮੈਂਟਰਲ ਹੈਲਥ ਦਾ ਤੇ ਡਿਸੀਜਨ ਮੇਕ ਦਾ ਕਨੈਕਸ਼ਨ ਹੈਗਾ ਹੈ ਮਤਲਬ ਜੇ ਬੰਦੀ ਮੈਂਟਲ ਸਟੇਟ ਸਹੀ ਨਹੀਂ ਹੈਗੀ ਉਹ ਤਾਂ ਹੈ ਹੀ ਨਾ ਕਿਉਂਕਿ ਫਿਰ ਤੁਹਾਡੇ ਖਿਆਲ ਥਾਟ ਥੋੜੇ ਤੇ ਭਾਰੂ ਹੋ ਜਾਂਦੇ ਨੇ ਹੁਣ ਥਾਟ ਨੇ ਜਿਹੜੇ ਤੁਹਾਡੇ ਇਹ ਤੁਹਾਡੀ ਅਸਲੀਅਤ ਨਹੀਂ ਥਾਟਸ ਤੁਹਾਡੀ ਰਿਐਲਿਟੀ ਨਹੀਂ ਹੈਗੇ ਪਰ ਕਈ ਵਾਰੀ ਥਾਟਸ ਇੰਨੇ ਹੈਵੀ ਹੋ ਜਾਂਦੇ ਨੇ ਆਪਾਂ ਉਹ ਥਾਟਸ ਦੇ ਇਨਫਲੂਐਂਸ ਦੇ ਵਿੱਚ ਆ ਕੇ ਡਿਸੀਜਨ ਲੈ ਲੈਂਦੇ ਆ ਮਾੜੇ ਚੰਗੇ ਡਿਸੀਜਨ ਵੀ ਜਵਾਕਾਂ ਨੇ ਬਹੁਤ ਨੇ ਲਏ ਨੇ ਹੁਣ ਆਪਣੀ ਜਾਨ ਤੱਕ ਗਵਾ ਲਈ ਉਹ ਵਿਚ ਡਿਸੀਜਨ 메ਕਿੰਗ ਹੀ ਆ ਹਾਂਜੀ ਜੋ ਪ੍ਰਾਈਮ ਐਗਜ਼ਾਮਪਲ ਹੈ ਵੀ ਜੇ ਮੈਂਟਲ ਹੈਲਥ ਸਹੀ ਨਹੀਂ ਤਾਂ ਇੰਨਾ ਵਰਸ ਵੀ ਹੋ ਸਕਦਾ ਤਾਂ ਮੈਂਟਲ ਹੈਲਥ ਸਹੀ ਹੋਣੀ ਤਾਂ ਬਹੁਤ ਹੀ ਜ਼ਰੂਰੀ ਆ ਕਿਉਂਕਿ ਨਹੀਂ ਆਪਾਂ ਕਿਸੇ ਛੋਟੀ ਜੀ ਦਿੱਕਤ ਕਰਕੇ ਕੋਈ ਐਡਾ ਵੱਡਾ ਡਿਸੀਜਨ ਲੈ ਲੈਣਾ ਜਿਹੜਾ ਮੁੜ ਕੇ ਆਪਾਂ ਰਿਵਰਸ ਨਹੀਂ ਕਰ ਸਕਦੇ ਫਿਰ ਉਹ ਜ਼ਿੰਦਗੀ ਖਰਾਬ ਆ ਤੇ ਨਾ ਫਿਰ ਆਪਾਂ ਉਹ ਬਾਬਿਆਂ ਦੇ ਧੱਕੇ ਚੜ ਜਾਂਦੇ ਆ ਜਾਂ ਜਿਹੜੇ ਉਹ ਕਾਰਡ ਜਿਹਾ ਆਪਾਂ ਉਹਦੇ ਦੇਖੇ ਸੀ ਕੱਲ ਪਰਸੋਂ ਫਿਰ ਉਹ ਜਿਹੇ ਬਾਬਿਆਂ ਨੂੰ ਆਪਾਂ ਫੋਨ ਲਾਉਨੇ ਆ ਜਿਹੜੇ ਕਹਿੰਦੇ ਨੇ ਅਸੀਂ ਤੁਹਾਡੇ ਰਿਸ਼ਤੇ ਵੀ ਠੀਕ ਕਰਾ ਦਾਂਗੇ ਤੁਹਾਡੇ ਦੁਸ਼ਮਨਾਵਾਂ ਦਾ ਵੀ ਤੁਹਾਡਾ ਇਲਾਜ ਕਰਾ ਦਾਂਗੇ ਪਤਾ ਨਹੀਂ ਕੀ ਕੀ ਕਰਾ ਦਾਂਗੇ ਫਿਰ ਆਪਾਂ ਨਾ ਕੋੜੇ ਬਗ ਜਾਂਦੇ ਆ ਜਿਹੜੇ 2-4 ਪੈਸੇ ਆਪਣੇ ਕੋਲੇ ਬਣੇ ਹੁੰਦੇ ਨੇ ਉਹ ਮਾਂਜ ਕੇ ਖਾ ਜਾਂਦੇ ਨੇ ਫਿਰ ਮੈਂਟਲ ਹੈਲਥ ਹੋਰ ਠੱਠੇ ਖੂਦ ਡਿਸੀਜਨ ਤਾਂ ਫਿਰ ਆਪਾਂ ਬਣਾਉਣੀ ਹੀ ਗਈ ਆ ਫਿਰ ਤਾਂ ਉਹੀ ਬਣਾਉਂਦੇ ਨੇ ਡਿਸੀਜਨ ਸਾਰੇ ਇੱਕ ਤਾਂ ਆਪਾਂ ਕਾਰਡ ਦੇਖਿਆ ਹਾਂਜੀ ਤੇ ਫਿਰ ਮੈਨੂੰ ਆਨਲਾਈਨ ਵੀ ਮੈਂ ਦੇਖਿਆ ਸੀਗਾ ਉਹਦੇ ਉਹਦੇ ਪਿੰਡੂ ਕੈਨੇਡੀਆ ਦੀ ਨਾ ਵੀਡੀਓ ਪਾਈ ਸੀ ਤੇ ਉਹ ਰਿਵਿਊ ਮੈਂ ਸੁਣੇ ਕੁੜੀਆਂ ਦੇ ਜਿਹੜੀਆਂ ਕੁੜੀਆਂ ਕਹਿ ਰਹੀਆਂ ਆ ਵੀ ਮੇਰੀ ਪ੍ਰੋਬਲਮ ਸੀ ਤੇ ਮੇਰੇ ਹਸਬੰਡ ਨਾਲ ਮੇਰੇ ਬੋਏਫ੍ਰੈਂ ਇਹਨਾਂ ਨੇ ਅਰਦਾਸ ਕਰੀ ਇਹਨਾਂ ਨੇ ਆਹ ਕੀਤਾ ਤੇ ਸਾਰਾ ਕੁਝ ਠੀਕ ਹੋ ਗਿਆ ਤਾਂ ਉਹ ਬੰਦੇ ਕਰ ਤੁਹਾਨੂੰ ਬਸਾਉਂਦੇ ਨੇ ਉਹਦੇ ਵਿੱਚ ਸਮਝਣ ਦੀ ਗੱਲ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਗੁਰੂ ਦਾ ਸਿੱਖਾ ਉਹ ਗੁਰੂ ਘਰ ਜਾਓ ਉਹ ਬਚੋਲੇ ਕੋਲੇ ਜਾਊਗਾ ਨਹੀਂ ਹਾਂਜੀ ਤੇ ਦੂਜੀ ਗੱਲ ਇਹ ਹੈ ਵੀ ਜੇ ਆਪਾਂ ਕਰ ਰਹੇ ਆ ਆਸ਼ਕੀਆਂ ਹੈ ਨਾ ਉਹ ਦੁਨਿਆਵੀ ਚੀਜ਼ ਹੈ ਉਹਦੇ ਲਈ ਇੱਕ ਬੰਦਾ ਜਿਹੜਾ ਕਹਿੰਦਾ ਮੈਂ ਬਹੁਤ ਗੁਰਮਖਾਂ ਉਹ ਵਿੱਚ ਬਚੋਲਾ ਬਣ ਕੇ ਥੋੜੀ ਆਸ਼ਕੀ ਨੂੰ ਸਟੈਂਪ ਲਵਾ ਰਿਹਾ ਹੈ ਰੱਬ ਤੋਂ ਤੇ ਤੁਹਾਡਾ ਹੱਲ ਕਰਾ ਰਿਹਾ ਤੁਹਾਨੂੰ ਆਪਣੀ ਸਮਝੋਂ ਦੀ ਵੀ ਇਹ ਗੱਲ ਹੋਣੀ ਨਹੀਂ ਕਿੱਥੇ ਜਾ ਰਹੇ ਹੋ ਤੁਸੀਂ ਹਨਾ ਕੀ ਸੋਚ ਕੇ ਕਿਵੇਂ ਗੱਲ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਸਭ ਤੋਂ ਜੇ ਤੁਹਾਡੇ ਦੋ ਜਣਾਂ ਦਾ ਰਿਸ਼ਤਾ ਟੁੱਟਿਆ ਹੈ ਜਾਂ ਦੋ ਜਣਾਂ ਦੇ ਵਿੱਚ ਲੜਾਈ ਹੈ ਉਹ ਵਿਚਾਰਾਂ ਦਾ ਰੌਲਾ ਉਹ ਬਹਿ ਕੇ ਸੁਲਝਣਾ ਹੈ ਹਾਂਜੀ ਉਹ ਗੱਲ ਕਰਕੇ ਸੁਲਝਣਾ ਹੈ ਤੇ ਆਪਾਂ ਅੱਜ ਲੱਖ ਚੀਜ਼ਾਂ ਕਰੀ ਜਾਂਦੇ ਪਰ ਮਹਾਰਾਜ ਦੇ ਹੁਕਮ ਦੇ ਵਿੱਚ ਵਿਆਹ ਤੋਂ ਪਹਿਲਾਂ ਇਹੋ ਜੇ ਕੋਈ ਸਬੰਧਾਂ ਦੀ ਮਨਾਹੀ ਹੈ ਹਾਂਜੀ ਹਾਂਜੀ ਤੇ ਐਟ ਲੀਸਟ ਆਪਾਂ ਮਹਾਰਾਜ ਦੇ ਹੁਕਮ ਨੂੰ ਲੈ ਕੇ ਤਾਂ ਨਾ ਇਹ ਗੱਲ ਕਰੀਏ ਜਿਹੜੇ ਵਿਚ ਵਿਚਾਲੇ ਬਚੋਲੇ ਬੈਠ ਨੇ ਉਹਨਾਂ ਦੀ ਵੀ ਗੱਲ ਕਰਾਂ ਵੀ ਉਹ ਕਹਿੰਦੇ ਨੇ ਅਸੀਂ ਤੁਹਾਡਾ ਤੋਪਾ ਭਰਾ ਦਾਂਗੇ ਅਸੀਂ ਮਹਾਰਾਜ ਤੌਰ ਤੇ ਕੋਲੇ ਅਰਦਾਸ ਕਰਾਂਗੇ ਤੁਹਾਡੀ ਮਹਾਰਾਜ ਕਿਵੇਂ ਮਨਜ਼ੂਰ ਕਰ ਲੋ ਜਿਹੜੀ ਗੱਲ ਉਹਦੇ ਉਹਨੇ ਉਹਦੀ ਮਰਿਆਦਾ ਚ ਹੀ ਨਹੀਂ ਹਮ ਲੱਖ ਮਰਿਆਦਾ ਤੋਂ ਬਾਹਰ ਚੀਜ਼ਾਂ ਕਰਦੇ ਆ ਮੈਂ ਵੀ ਬਹੁਤ ਚੀਜ਼ਾਂ 'ਚ ਗਲਤ ਆ ਮੈਂ ਉਸ ਗੱਲ ਤੇ ਨਹੀਂ ਕਰ ਰਿਹਾ ਵੀ ਤੁਸੀਂ ਗਲਤ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਕਰਨਾ ਜੋ ਤੁਸੀਂ ਉਹਨੂੰ ਮਹਾਰਾਜ ਨੂੰ ਅਨਬੋਲੋ ਥੋੜੀ ਕਰ ਸਕਦੇ ਵਿਚ ਉਹ ਵੀ ਵਿਚੋਲਾ ਪਾ ਕੇ ਇਹ ਮੈਂਟਲ ਹੈਲਥ ਦੇ ਨਾਲ ਡਿਸੀਜਨ 메ਕਿੰਗ ਨਾਲ ਇੱਥੇ ਤੱਕ ਗੱਲ ਪਹੁੰਚਦੀ ਹੈ ਤਾਂ ਫਿਰ ਹੋਰ ਪ੍ਰੋਬਲਮ ਆ ਵਾਦੀਆਂ ਨੇ ਫਿਰ ਇਹ ਲੋਕ ਤੁਹਾਨੂੰ ਲੁੱਟਦੇ ਨੇ ਫਿਰ ਤੁਸੀਂ ਸਟ੍ਰੈਸ ਡਿਪਰੈਸ਼ਨ ਚ ਜਾਂਦੇ ਹੋ ਫਿਰ ਉਸ ਤੋਂ ਬਾਅਦ ਸਾਰੇ ਡਿਸੀਜਨ ਲੈਦਾ ਵੀ ਸਾਰੇ ਗਲਤ ਨੇ ਹਾਂਜੀ ਹਾਂਜੀ ਆਪਾਂ ਮੜਾ ਜਾ ਟੌਪਿਕ ਤੋਂ ਪਾਸੇ ਹੋ ਗਏ ਸੀ ਪਰ ਗੱਲ ਨਹੀਂ ਜ਼ਰੂਰੀ ਸੀ ਇਹ ਅੱਜ ਗੱਲ ਬਹੁਤ ਜ਼ਿਆਦਾ ਚੱਲ ਰਹੀ ਆ ਤਾਂ ਇਹ ਮੈਂ ਕਿਹਾ ਇਹਨੂੰ ਵੀ ਕਵਰ ਨਾਲ ਹੀ ਕਰ ਦਈਏ ਆਪਾਂ ਹੋਰ ਕੋਈ ਸਵਾਲ ਆਪਣਾ ਰਹਿ ਗਿਆ ਹੋਵੇ ਇਹਨਾਂ ਚੋਂ ਅ ਨਹੀਂ ਆਲਮੋਸਟ ਸਾਰੇ ਡਾਨੀ ਨੇ ਮੈਂ ਮੈਨੇ ਹੀ ਸਵਾਲ ਕੀਤਾ ਜੀ ਹਾਂਜੀ ਹਾਂਜੀ ਓਕੇ ਮੈਂ ਇੱਕ ਚੀਜ਼ ਲਾਸਟ ਵਿੱਚ ਦੱਸਣੀ ਚਾਹੁੰਦਾ ਸਾਰਿਆਂ ਨੂੰ ਫਿਰ ਮੇਰੇ ਦਿਮਾਗ 'ਚ ਗੱਲ ਆ ਗਈ ਡਿਸੀਜਨ 메ਕਿੰਗ ਦੇ ਤਿੰਨ ਪਾਰਟ ਨੇ ਬਹੁਤ ਸੌਖਾ ਤਰੀਕਾ ਡਿਸੀਜਨ ਬਣਾਉਣ ਦਾ ਪਹਿਲੀ ਚੀਜ਼ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਵੀ ਕੀ ਮੇਰੇ ਕੋਲ ਸਾਰੀ ਇਨਫੋਰਮੇਸ਼ਨ ਹੈਗੀ 70 80% ਇਨਫੋਰਮੇਸ਼ਨ ਹੈਗੀ ਆ ਡਿਸੀਜਨ ਬਣਾਉਣ ਲਈ ਜੇ ਨਹੀਂ ਹੈਗੀ ਤਾਂ ਡਿਸੀਜਨ ਨਾ ਬਣਾਓ ਦੂਜੀ ਚੀਜ਼ ਕੀ ਇਸ ਤੋਂ ਬਿਹਤਰ ਕੋਈ ਹੋਰ ਆਪਸ਼ਨ ਹੈ ਇਹਦੇ ਲਈ ਮੈਂ ਰਿਸਰਚ ਕਰੀ ਇਹਦੇ ਲਈ ਮੈਂ ਦੇਖਿਆ ਇਹਦੇ ਲਈ ਮੈਂ ਛਾਣਬਿਣ ਕਰੀਆ ਜਮੈਂ ਉਹੀ ਮੰਨ ਲੜਿਆ ਵੀ ਇਹੀ ਆਪਸ਼ਨ ਆ ਤੀਜੀ ਚੀਜ਼ ਇਹਦੇ ਵਿੱਚ ਜਿਹੜੀ ਬਹੁਤ ਇੰਪੋਰਟੈਂਟ ਆ ਕੀ ਇਹ ਰਾਈਟ ਟਾਈਮ ਹੈ ਮੇਰੀ ਲਾਈਫ ਦੇ ਵਿੱਚ ਇਹ ਡਿਸੀਜਨ ਲੈਣ ਦਾ ਮੈਂ ਤੁਹਾਨੂੰ ਦੋ ਐਗਜ਼ਾਮਪਲਾਂ ਦਊਂਗਾ ਤੁਹਾਨੂੰ ਗੱਲ ਸਮਝ ਆ ਜਾ ਕੋਬਰਾ ਇਫੈਕਟ ਕਰਕੇ ਇੱਕ ਐਗਜ਼ਾਮਪਲ ਆ ਕੋਬਰਾ ਇਫੈਕਟ ਕੀ ਆ ਜਦੋਂ ਗੋਰੇ ਇੰਡੀਆ ਚ ਗਏ ਰਾਜ ਕੀਤਾ ਨਾਨਾ ਜਦੋਂ ਜਾ ਕੇ ਤਾਂ ਉੱਥੇ ਕੀ ਹੋਇਆ ਇਹ ਸੱਪਾਂ ਤੋਂ ਬਹੁਤ ਡਰਦੇ ਸੀ ਉਹ ਤੇ ਕੋਬਰਾ ਸੀਗੇ ਜਿਹੜੇ ਜਾਂ ਆਮ ਸੱਪ ਵੀ ਸੱਪ ਬਹੁਤ ਜ਼ਿਆਦਾ ਸੀ ਗਰਮੀ ਦੇ ਸਮੇਂ ਦੇ ਵਿੱਚ ਤਾਂ ਉਹ ਸੱਪ ਨਿਕਲਦੇ ਸੀ ਤੇ ਇਹ ਘਬਰਾਉਂਦੇ ਸੀ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਸੱਪਾਂ ਦੇ ਉੱਤੇ ਇਨਾਮ ਰੱਖਤਾ ਵੀ ਜਿਹੜਾ ਸੱਪ ਮਾਰ ਕੇ ਲਿਆ ਉਹ ਇੰਨੇ ਰੁਪਏ ਦਵਾਂਗੇ ਜਾਂ ਨਹੀਂ ਪੈਸੇ ਦਵਾਂਗੇ ਜੋ ਵੀ ਉਹਦੇ ਕੀਮਤ ਸੀਗੀ ਉਹ ਸੀ ਉਹਨਾਂ ਨੇ ਇਨਾ ਕੀਮਤ ਰੱਖਤੀ ਜਿਹੜਾ ਜਿਉਂਦਾ ਲਿਆਉਗਾ ਇਹਨੇ ਚਲੋ ਵੀ ਲੋਕਾਂ ਨੇ ਸੱਪ ਮਾਰ ਮਾਰ ਲਿਆ ਕੇ ਇਹਨਾਂ ਨੂੰ ਦੇਣ ਲੱਗੇ ਥਾਣੇ 'ਚ ਜਮ੍ਹਾਂ ਕਰਾਉਣ ਲੱਗੇ ਜਾਂ ਜਿੱਥੇ ਵੀ ਜਿੰਮੇ ਵੀ ਸਿਸਟਮ ਹੋ ਸੀਗਾ ਤਾਂ ਪਹਿਲਾਂ ਸੱਪਾਂ ਦੀ ਗਿਣਤੀ ਘਟ ਗਈ ਆਉਣ ਵਾਲਿਆਂ ਦੀ ਬਾਅਦ 'ਚ ਉਹਨਾਂ ਕੋਲੇ ਸੱਪ ਆਈ ਜਾਣ ਆਈ ਜਾਣ ਹੋਇਆ ਕਿ ਸੀ ਲੋਕਾਂ ਨੇ ਸੱਪ ਬਰੀਡ ਕਰਨਾ ਸ਼ੁਰੂ ਕਰ ਦਿੱਤੇ ਸੀ ਕਿਉਂਕਿ ਪੈਸੇ ਬਣਾਉਣ ਦਾ ਸਿਸਟਮ ਬਣ ਗਿਆ ਸੀ ਹੁਣ ਇਹਦੇ ਵਿੱਚ ਕੀ ਸੀਗਾ ਸਭ ਤੋਂ ਪਹਿਲੀ ਗੱਲ ਗੋਰਿਆਂ ਕੋਲ ਸਾਰੀ ਇਨਫਰਮੇਸ਼ਨ ਨਹੀਂ ਸੀ ਵੀ ਇੰਡੀਆ ਦੇ ਸੱਪਾਂ ਦੀ ਧਰਤੀ ਬਾਰੇ ਵੀ ਇਹ ਸੱਪ ਕਦੋਂ ਆਉਂਦੇ ਨੇ ਕਦੋਂ ਹਾਈਬਰਨੇਟ ਕਰਦੇ ਨੇ ਕੀ ਸਿਸਟਮ ਹੈ ਕਿਵੇਂ ਨੂੰ ਪ੍ਰਿਵੈਂਟ ਕੀਤਾ ਜਾ ਸਕਦਾ ਹਾਂਜੀ ਦੂਜੀ ਗੱਲ ਗੋਰਿਆਂ ਨੇ ਇਹ ਨਹੀਂ ਦੇਖੀ ਸੀ ਵੀ ਕੀ ਇਸ ਤੋਂ ਬੈਟਰ ਆਪਸ਼ਨ ਕੋਈ ਹੈ ਲੋਕਾਂ ਨੂੰ ਪੈਸੇ ਦੇਣ ਤੋਂ ਬੈਟਰ ਆਪਸ਼ਨ ਕੋਈ ਹੋਰ ਹੈ ਜਿਹੜੀ ਅਸੀਂ ਯੂਜ਼ ਕਰ ਸਕਦੇ ਹਾਂ ਤੀਜੀ ਚੀਜ਼ ਟਾਈਮਿੰਗ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਗਰਮੀ ਦਾ ਰੌਲਾ ਸਿਆਣਾ ਚ ਹੁੰਦਾ ਨਹੀਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਥੋੜੇ ਜਿਹੇ ਦੂਜੇ ਪਾਸੇ ਰਾਈਟ ਐਗਜ਼ਾਮਪਲ ਹਡਸਨ ਬੇ ਜਿਹੜਾ ਰਿਵਰ ਆ ਉਹਦੇ ਉੱਤੇ ਜਹਾਜ਼ ਲੈਂਡ ਹੋਇਆ ਸੀ ਕਾਫੀ ਸਾਲ ਪਹਿਲਾਂ ਉਹਦੇ ਬਾਰੇ ਤੁਸੀਂ ਡਾਕੂਮੈਂਟਰੀ ਸੁਣ ਸਕਦੇ ਹੋ ਹਾਂਜੀ ਹਾਂਜੀ ਤਾਂ ਉਹਦੇ ਵਿੱਚ ਵੀ ਉਹਨੇ ਇਹੀ ਐਗਜ਼ਾਮਪਲ ਦਿੱਤੀ ਹੋਈ ਆ ਉਹ ਕਹਿੰਦਾ ਸਭ ਤੋਂ ਪਹਿਲਾ ਪਾਰਟ ਸੀਗਾ ਵੀ ਕੀ ਮੇਰੇ ਕੋਲੇ ਸਾਰੀ ਇਨਫੋਰਮੇਸ਼ਨ ਹੈਗੀ ਜਹਾਜ਼ ਨੂੰ ਰਿਵਰ ਤੇ ਲੈਂਡ ਕਰਾਉਣ ਦੇ ਲਈ ਤਾਂ ਉਹ ਪੂਰਾ ਕੌਨਫੀਡੈਂਸ ਸੀ ਮੇਰੇ ਕੋਲੇ ਸਾਰੀ ਇਨਫੋਰਮੇਸ਼ਨ ਹੈ ਕੀ ਇਤੋਂ ਵਧੀਆ ਆਲਟਰਨੇਟਿਵ ਕੋਈ ਹੋਰ ਹੈ ਉਹਨੂੰ ਪਤਾ ਸੀ ਨਾ ਕਿ ਇੱਥੇ ਕੋਈ 에ਰਪੋਰਟ ਹੋਰ ਨਹੀਂ ਕੋਈ ਜਗ੍ਹਾ ਹੋਰ ਨਹੀਂ ਸ਼ਹਿਰ ਤੋਂ ਬਾਹਰ ਮੈਨੂੰ ਲਿਜਾ ਨਹੀਂ ਸਕਦਾ ਇਹ ਕ੍ਰੈਸ਼ ਹੋ ਜੂ ਕਿਤੇ ਹੋਰ ਲੈਂਡ ਹੋ ਨਹੀਂ ਸਕਦਾ ਇਹੀ ਬੈਸਟ ਆਪਸ਼ਨ ਆ ਤੀਜੀ ਚੀਜ਼ ਨੂੰ ਪਤਾ ਸੀ ਵੀ ਇਸ ਦੇਸ ਦਾ ਰਾਈਟ ਟਾਈਮਿੰਗ ਉਹਨੂੰ ਇਹ ਪਤਾ ਸੀ ਕੋਈ 5 ਮਿੰਟ 2 ਮਿੰਟ ਦਾ ਵੀ ਟਾਈਮ ਹੋਰ ਹੈ ਨਹੀਂ ਹਾਂਜੀ ਹਾਂਜੀ ਇਹ ਹੁਣੀ ਕਰਨਾ ਪੈਣਾ ਤਾਂ ਇਹ ਹੁਣੀ ਹੋਊਗਾ ਹੁਣ ਇਹਨੂੰ ਜੇ ਆਪ ਆਪਦੇ ਵਾਲੀ ਐਗਜ਼ਾਮਪਲਾਂ ਚ ਲਾ ਕੇ ਦੇਖੀ ਜੋ ਆਪਾਂ ਲਾਈਫ ਦੇ ਵਿੱਚ ਚੀਜ਼ਾਂ ਕਰਦੇ ਆ ਮੰਨ ਲਓ ਅੱਜ ਤੁਹਾਡਾ ਪੈਸ਼ਨ ਹੈ ਵੀ ਮੈਂ ਫੋਟੋਗ੍ਰਾਫੀ ਕਰਨੀ ਹੈ ਮੈਂ ਪੜ੍ਹਾਈ ਛੱਡ ਕੇ ਫੋਟੋਗ੍ਰਾਫੀ ਕਰਨੀ ਹੈ ਸਿੰਪਲ ਜੀ ਫੈਸ਼ਨ ਡਿਜ਼ਾਈਨਿੰਗ ਕਰਨੀ ਹੈ ਜੇ ਮੈਂ ਕੁਝ ਕਰਨਾ ਹੈ じゃ ਜੀ ਚਾਜੀ ਮੈਨੂੰ ਪੈਸੇ ਨਹੀਂ ਆਉਣੇ ਤੇ ਪਹਿਲਾ ਸਵਾਲ ਕੀ ਤੁਹਾਡੇ ਕੋਲੇ ਸਾਰੀ ਇਨਫੋਰਮੇਸ਼ਨ ਹੈ ਇਨਫੋਰਮੇਸ਼ਨ ਇਕਵਿਪਮੈਂਟ ਦੀ ਇਨਫੋਰਮੇਸ਼ਨ ਸ਼ੂਟਿੰਗ ਦੀ ਇਨਫੋਰਮੇਸ਼ਨ ਐਜੂਕੇਸ਼ਨ ਦੀ ਇਨਫੋਰਮੇਸ਼ਨ ਕੋਰਸ ਦੀ ਇਨਫੋਰਮੇਸ਼ਨ ਇਹਦੇ ਵਿੱਚ ਕਿੰਨਾ ਕੰਮ ਕਰਕੇ ਕਿੰਨਾ ਪੈਸਾ ਬਣੂਗਾ ਪਹਿਲੇ ਸਾਲ ਕਿੰਨਾ ਪੈਸਾ ਕਰਕੇ ਕਿੰਨੇ ਪੈਸੇ ਬਣੂਗਾ ਦੂਜੇ ਸਾਲ ਪੰਜਵੇਂ ਸਾਲ ਦਸਵੇਂ ਸਾਲ ਅੱਜ ਤੋਂ 10 ਸਾਲਾਂ ਤੱਕ ਮੇਰੀ ਲਾਈਫ ਕਿਵੇਂ ਦੀ ਹੋਊਗੀ ਜੇ ਮੈਂ ਫੋਟੋਗ੍ਰਾਫੀ ਕਰਦਾ ਇਨ ਕੰਪੈਰੀਸਨ ਟੂ ਜਿਵੇਂ ਆ জব ਕਰ ਰਹੇ ਹਾਂ ਹਾਂਜੀ ਇੰਨੇ ਲੈਵਲ ਤੱਕ ਕੀ ਉਹ ਤੋਂ ਕੋਈ ਹੋਰ ਬੈਟਰ ਆਪਸ਼ਨ ਹੈ ਉਸ ਟਾਈਮ ਤੇ ਇਹ ਸਮਝਣਾ ਵੀ ਕੀ ਫੁੱਲ ਟਾਈਮ ਫੋਟੋਗ੍ਰਾਫੀ ਚ ਜਾਣਾ ਹੀ ਆਪਸ਼ਨ ਹੈ ਜਾਂ ਪਾਰਟ ਟਾਈਮ ਜਾ ਸਕਦਾ ਜਾਂ ਕਿਸੇ ਨਾਲ ਸ਼ੈਡੋ ਕਰ ਸਕਦਾ ਜਾਂ ਕੋਈ ਯੂਨੀਵਰਸਿਟੀ ਦੇ ਵਿੱਚ ਕੋਈ ਇਹੋ ਜਿਹੇ ਪ੍ਰੋਜੈਕਟ ਆਉਣ ਜਿਨ੍ਹਾਂ ਦੇ ਵਿੱਚ ਮੈਂ ਕੁਝ ਕਰ ਸਕਾਂ ਜਾਂ ਸਾਰਾ ਕੁਝ ਐਕਸਪਲੋਰ ਕੀਤਾ ਜਾਵੇ ਪਹਿਲਾਂ ਲਾਸਟ ਵਿੱਚ ਕੀ ਇਸ ਦੇ ਇਸ ਤਰ ਰਾਈਟ ਟਾਈਮ ਕੀ ਅੱਜ ਹੀ ਇਹ ਕਰਨਾ ਹੈ ਜਾਂ ਹਜੇ ਪਹਿਲਾਂ ਮੈਂ ਇੱਕ ਛੋਟੀ ਨੌਕਰੀ ਲੈ ਲਾਂ ਜਿਹਦੇ ਨਾਲ ਮੇਰਾ ਖਰਚਾ ਚੱਲਣ ਲੱਗ ਜਾਏ ਇਹਨੂੰ ਮੈਂ ਪਾਰਟ ਟਾਈਮ ਸ਼ੁਰੂ ਕਰ ਲਾਂ ਜਾ ਮੇਰੇ ਕੋਲ ਅੱਜ ਉਹਨੇ ਪੈਸੇ ਹੈਗੇ ਨਾ ਵੀ ਮੈਂ ਉਹਦੇ 5 ਸਾਲ ਲੰਘਾ ਸਕਦਾ ਤੇ ਜੇ ਮੈਂ ਅੱਜ ਫੋਟੋਗ੍ਰਾਫੀ ਨਾ ਸ਼ੁਰੂ ਕੀਤੀ ਕੱਲੂ ਮੈਂ ਨਹੀਂ ਕਰ ਸਕਦਾ ਇੰਨੀ ਰਿਸਰਚ ਬਣਦੀ ਆ ਇਹਨੂੰ ਗੱਡੀ ਵਾਲੇ ਤੇ ਅਪਲਾਈ ਕਰ ਲਿਓ ਕੈਨੇਡਾ ਵਾਲਿਆਂ ਨੂੰ ਬੇਨਤੀ ਆ ਸਾਰਿਆਂ ਨੂੰ ਜਿਹੜੇ ਮੈਂ ਸਵਾਲ ਦੱਸੇ ਨੇ ਤੁਹਾਨੂੰ ਪਤਾ ਲੱਗ ਜਾਊਗਾ ਤੁਸੀਂ ਗੱਡੀ ਡੋਜ ਲੈਣੀ ਆ ਜਾਂ ਸੈਵਿਕ ਲੈਣੀ ਆ ਇੰਨੇ ਨਾਲ ਹੀ ਪਤਾ ਲੱਗ ਜਾਣਾ ਤੁਹਾਨੂੰ ਇਹ ਮਾਡਲ ਆ ਬੜਾ ਸਿੰਪਲ ਤੇ ਇਹਨੂੰ ਯੂਜ਼ ਕਰਾਂਗੇ ਤੇ ਆਪਣੇ ਆਪ ਹੀ ਗੱਲ ਸਹੀ ਤਰੀਕੇ ਪੈਣ ਲੱਗ ਜਾਊਗਾ ਤੇ ਮੈਂ ਸੋਚਿਆ ਸੀ ਇਹ ਮੈਂ ਜਾਂਦੇ ਜਾਂਦੇ ਇਹ ਗੱਲ ਆਪਾਂ ਸਾਰਿਆਂ ਨੂੰ ਦੱਸ ਦਿਆਂ ਵੀ ਇਹਦਾ ਮਾਡਲ ਕੀ ਆ ਤੇ ਚੱਲਦਾ ਕਿਵੇਂ ਆ ਕਿਵੇਂ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਅੱਜ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਸਾਡਾ ਐਪੀਸੋਡ ਸੁਣਿਆ ਜੇ ਤੁਹਾਡੇ ਕੋਈ ਡਿਸੀਜਨ 메ਕਿੰਗ ਨਾਲ ਰਿਲੇਟਡ ਕੋਈ ਸਵਾਲ ਨੇ ਉਹ ਕਮੈਂਟ ਬਾਕਸ ਤੇ ਜਰੂਰ ਪਾਓ ਤੇ ਅਸੀਂ ਟਰਾਈ ਕਰਾਂਗੇ ਅਗਲੇ ਐਪੀਸੋਡ ਵਿੱਚ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ